विजन पंजाब देख रहे सारे ही परिवारों मेरे वालों यानी हरप्रीत रखरा वालों प्यार भरी निघी सत श्री अकाल जी आयां नूं थैंक यू सो मच। धन्यवाद है थोड़ा तुसी इस मंच के नाल हमेशा की तरह जुड़ते हो। कुछ एक कारण दे करके अज प्रोग्राम थोड़ा जा डिले हो गया पहले 5-7 मिनट, पर असी ट्राई करांगे कि जो अज दे सेगमेंट दे विच जिहड़े साडे कंटेंट हैगे आ वो सारे कवर कर ले जाण। जिवें कि तुहानू पता है कि सोमवार की शाम को इस सभा दे विच 6 तो लैके 7 बजे दे विच साडे मेहमान हुंदे ने डॉक्टर मंजू सेतिया जी, बहुत सारिया हैल्थ टिप्स लैके इस मंच के उत्ते हाजिर हुंदे ने। तुसी भी बहुत ध्यान नाल ये प्रोग्राम वॉच करते हो देखते हो तो इस जिहड़ियां लाइवबंद जिहड़ियां इत्थे गल्लां बातां डॉक्टर मंजू सेतिया जी द्वारा कीतियां जांदियां उसका फायदा उठाते हो। तो मैं नाल दी नाल डॉक्टर मंजू सेतिया जी नूं इस प्रोग्राम दे विच जोड़ लवां ते उस तो बाद फिर आपां सारा जिहड़ा प्रोग्राम क्रमवार शुरू करते हैं जी। ਅਨੂ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ ਹਰਪ੍ਰੀਤ ਜੀ ਤੇ ਸਾਰੇ ਵਿਜ਼ਨ ਪੰਜਾਬ ਦੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਥੋੜਾ ਜਿਹਾ 5 ਮਿੰਟ ਪ੍ਰੋਗਰਾਮ ਡਿਲੇ ਹੋਇਆ ਹੈਗਾ ਪਰ ਮੈਂ ਚਾਹਣਾ ਕਿ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਬੜਾ ਇੰਪੋਰਟੈਂਟ ਆ, ਜਿਹੜਾ ਟੌਪਿਕ ਬੜਾ ਇੰਪੋਰਟੈਂਟ ਆ, ਇਹ ਜਿਹੜੀ ਅੱਜ ਅਸੀਂ ਗੱਲ ਕਰਾਂਗੇ ਯੂਰੀਨਰੀ ਟ੍ਰੈਕ ਇਨਫੈਕਸ਼ਨ ਦੀ UTI ਜਿਹੜੀ ਕਿ ਬਹੁਤ ਜ਼ਿਆਦਾ ਹੁਣ ਕਾਮਨ ਪ੍ਰੋਬਲਮ ਹੋ ਗਈ ਆ, ਜਿਹੜਾ ਆਪਾਂ ਅੱਜ ਕੱਲ੍ਹ ਆਪਣਾ ਜਿਹੜਾ ਖਾਣ ਪੀਣ ਹੋ ਗਿਆ, ਜਿਹੜਾ ਆਪਣਾ ਲਾਈਫ ਸਟਾਈਲ ਹੋ ਗਿਆ, ਉਹਦੇ ਕਰਕੇ ਜਿਹੜੀ ਜਿਹੜਾ ਯੂਰੀਨਰੀ ਟ੍ਰੈਕ ਇਨਫੈਕਸ਼ਨ ਆ ਜਿਹੜੀ UTI ਆ, ਪਿਸ਼ਾਬ ਦੇ ਨਾਲ ਜਲਨ ਹੋਣਾ, ਠੀਕ ਹੈ, ਸਪੈਸ਼ਲੀ ਇਹ ਲੇਡੀਜ਼ ਦੇ ਵਿੱਚ ਇਹ ਬਹੁਤ ਜ਼ਿਆਦਾ ਕਾਮਨ ਆ, ਤਾਂ ਉਹ ਗੱਲਾਂ ਬਾਤਾਂ ਅੱਜ ਆਪਾਂ ਡਾਕਟਰ ਮੰਜੂ ਸੇਤੀਆ ਜੀ ਨਾਲ ਕਰਾਂਗੇ ਵੀ ਇਹ ਚੀਜ਼ ਕੀ ਹੈ, ਇਹਦੇ ਕਾਰਨ ਕੀ ਆ, ਇਹਦੇ ਸਿਮਟਮਸ ਕੀ ਆ, ਫਿਰ ਉਸ ਤੋਂ ਬਾਅਦ ਇਹਦਾ ਇਲਾਜ ਕੀ ਆ। ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਸਕਦੇ ਹੋ 905-790-9099 'ਤੇ, ਜਾਂ ਸਾਡਾ ਫੇਸਬੁੱਕ ਦਾ ਜਿਹੜਾ ਪੇਜ ਹੈ ਵਿਜ਼ਨ ਪੰਜਾਬ ਉਹਨੂੰ ਤੁਸੀਂ ਲਾਈਕ ਕਰਕੇ ਇਹ ਲਾਈਵ ਪ੍ਰੋਗਰਾਮ ਦੇਖ ਸਕਦੇ ਹੋ। ਡਾਕਟਰ ਸਾਹਿਬ ਕੀ ਹੈ UTI? ਹਰਪ੍ਰੀਤ ਜੀ ਆਪਾਂ UTI ਨੂੰ ਸਮਝਣ ਤੋਂ ਪਹਿਲਾਂ ਯੂਰੀਨਰੀ ਟ੍ਰੈਕ ਜਿਹੜਾ ਸਿਸਟਮ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਯੂਰੀਨਰੀ ਸਿਸਟਮ ਹੈ ਸਾਡਾ ਉਹ ਕਿਡਨੀਜ਼ ਤੋਂ ਸਟਾਰਟ ਹੁੰਦਾ ਹੈ ਜੀ। ਕਿਡਨੀਜ਼ ਆਪਣੀ ਬੋਡੀ ਦੇ ਵਿੱਚ 2 ਹੁੰਦੀਆਂ, ਇੱਕ ਰਾਈਟ ਸਾਈਡ ਤੇ ਇੱਕ ਲੈਫਟ ਸਾਈਡ ਤੇ, ਔਰ ਕਿਡਨੀ ਦੀ ਜਿਹੜੀ ਸ਼ੇਪ ਹੁੰਦੀ ਹੈ ਉਹ ਰਾਜਮਾ ਦੀ ਸ਼ੇਪ ਵਰਗਾ ਹੁੰਦਾ ਹੈ, ਬਿਲਕੁਲ ਬੀਨਸ ਸ਼ੇਪ ਦਾ ਹੁੰਦਾ, ਔਰ ਇਹਦਾ ਜਿਹੜਾ ਸਾਈਜ਼ ਹੁੰਦਾ ਆਪਣੀ ਅੱਧੀ ਮੁੱਠੀ ਦੇ ਬਰਾਬਰ ਹੁੰਦਾ, ਠੀਕ ਹੈ ਜੀ। ਔਰ ਇਹਦੇ ਵਿੱਚ ਜਿਹੜੇ ਨੈਫਰੋਨਸ ਹੁੰਦੇ ਆ, ਨੈਫਰੋਨਸ ਮਿਲੀਅਨ ਆਫ ਨੈਫਰੋਨਸ ਹੁੰਦੇ ਆ, ਜਿਹਦਾ ਕੰਮ ਕੀ ਹੈ, ਤੁਸੀਂ ਇਹ ਲੈ ਲਓ ਜਿਵੇਂ ਛੰਨਣੀ ਦਾ ਕੰਮ ਹੁੰਦਾ ਨਾ, ਜਿਵੇਂ ਚੀਜ਼ ਨੂੰ ਫਿਲਟਰੇਸ਼ਨ ਦਾ ਕੰਮ, ਉਸੇ ਤਰ੍ਹਾਂ ਜਦੋਂ ਕਿਡਨੀਜ਼ ਦੇ ਵਿੱਚ ਬਲੱਡ ਜਾਂਦਾ ਹੈ ਤਾਂ ਜਿਹੜੇ ਨੈਫਰੋਨਸ ਹੈ ਉਹ ਫਿਲਟਰ ਕਰਕੇ ਜਿਹੜਾ ਯੂਰਿਨ ਹੈ, ਜਿਹੜਾ ਵੇਸਟ ਪ੍ਰੋਡਕਟ ਹੈ ਜਾਂ ਐਕਸਟਰਾ ਵਾਟਰ ਹੈ ਉਹ ਬੋਡੀ ਦੇ ਵਿੱਚੋਂ ਬਣਾਉਂਦਾ, ਕਿਡਨੀਜ਼ 'ਚੋਂ ਬਣਾਉਂਦਾ, ਔਰ ਜਿਹੜਾ ਪਿਓਰੀਫਾਈਡ ਬਲੱਡ ਹੈ ਉਹ ਵਾਪਿਸ ਆਪਣੇ ਬੋਡੀ ਦੇ ਵਿੱਚ ਫਲੋ ਕਰਦਾ ਜੀ। ਤਾਂ ਜਿਹੜਾ ਉਹ ਫਿਲਟਰ ਕਰਕੇ ਜਿਹੜਾ ਯੂਰਿਨ ਬਣਦਾ ਹੈ ਕਿਡਨੀਜ਼ ਤੋਂ ਬਾਅਦ, ਫਿਰ ਨੀਚੇ ਕਿਡਨੀਜ਼ ਤੋਂ 2 ਪਾਈਪ ਨਿਕਲਦੀਆਂ ਜਿਨ੍ਹਾਂ ਨੂੰ ਆਪਾਂ ਯੂਰੀਟਰਸ ਕਹਿੰਦੇ ਹਾਂ, ਠੀਕ ਹੈ ਜੀ। ਔਰ ਯੂਰੀਟਰਸ ਆ ਕੇ ਖੁੱਲਦੇ ਆ ਯੂਰੀਨਰੀ ਬਲੈਡਰ ਤੇ, ਪਿਸ਼ਾਬ ਵਾਲੀ ਥੈਲੀ ਦੇ ਵਿੱਚ, ਠੀਕ ਹੈ ਜੀ। ਤਾਂ ਉੱਥੇ ਜਿਹੜਾ ਯੂਰਿਨ ਜਿਹੜਾ ਬਣਿਆ ਥੋੜੀ ਦੇਰ ਲਈ ਆਪਾਂ ਉੱਥੇ ਉਹ ਸਟੋਰ ਹੁੰਦਾ, ਔਰ ਫਿਰ ਯੂਰੀਥਰ ਆਉਂਦਾ, ਫਿਰ ਯਾਨੀ ਮੂਤਰ ਮਾਰਗ ਆਉਂਦਾ ਜਦੋਂ ਆਪ ਜਿਹਦੇ ਥਰੂ ਜਿਹੜਾ ਯੂਰਿਨ ਹੈ ਉਹ ਐਕਸਕ੍ਰੀਟ ਹੋ ਜਾਂਦਾ ਬੋਡੀ ਦੇ ਵਿੱਚੋਂ ਨਿਕਲ ਜਾਂਦਾ। ਹੁਣ ਅਗਰ ਇਸ ਪੂਰੇ ਸਿਸਟਮ ਦੇ ਵਿੱਚ ਕਿਤੇ ਵੀ ਕੋਈ ਇਨਫੈਕਸ਼ਨ ਹੋ ਜੇ ਜੀ ਤਾਂ ਆਪਾਂ ਉਹਨੂੰ ਕਹਿ ਦਿੰਦੇ ਹਾਂ ਯੂਰੀਨਰੀ ਟ੍ਰੈਕਟ ਇਨਫੈਕਸ਼ਨ। ਉਹ ਯੂਰੀਥਰਾ ਦੀ ਹੋ ਸਕਦੀ ਹੈ, ਯੂਰੀਥਰਾ ਦੇ ਵਿੱਚ ਕੋਈ ਇਨਫੈਕਸ਼ਨ ਹੋ ਜੇ ਆਪਾਂ ਯੂਰੀਥਰਾਈਟਸ ਹੋ ਸਕਦਾ ਹੈ, ਜਾਂ ਬਲੈਡਰ ਦੇ ਵਿੱਚ ਕੋਈ ਇਨਫੈਕਸ਼ਨ ਹੋ ਜੇ, ਜਾਂ ਫਿਰ ਇਹ ਜਿਹੜੀ ਇਨਫੈਕਸ਼ਨ ਹੈ ਅਗਰ ਉੱਪਰ ਟੂਵਰਡਸ ਕਿਡਨੀ ਵੀ ਚਲੀ ਜਾਵੇ ਤਾਂ ਜਿਹੜੀ ਕਿ ਅੱਗੇ ਲੇਟਰ ਔਨ ਕਾਫੀ ਪ੍ਰੋਬਲਮ ਅੱਗੇ ਕ੍ਰੀਏਟ ਕਰ ਸਕਦੀ ਹੈ, ਤਾਂ ਉਹ ਸਾਰੀ ਇਸ ਪੂਰੇ ਸਿਸਟਮ ਦੇ ਵਿੱਚ, ਇਸ ਪੂਰੇ ਟ੍ਰੈਕ ਦੇ ਵਿੱਚ ਕੋਈ ਵੀ ਇਨਫੈਕਸ਼ਨ ਹੋ ਜੇ ਆਪਾਂ ਉਹਨੂੰ UTI ਕਹਿੰਦੇ ਹਾਂ। ਡਾਕਟਰ ਸਾਹਿਬ ਤੁਸੀਂ ਉੱਪਰ ਨੂੰ ਮਤਲਬ ਕਹਿੰਦਾ ਮਤਲਬ ਇਹ ਜਿਹੜੀ ਇਨਫੈਕਸ਼ਨ ਥੱਲੋਂ ਜਦੋਂ ਸ਼ੁਰੂ ਹੁੰਦੀ ਉੱਪਰ ਜਾਂਦੀ ਹੈ ਕਿਡਨੀ ਵਾਲੇ? ਬਿਲਕੁਲ, ਇਹ ਜਿਹੜੀ ਇਨਫੈਕਸ਼ਨ ਹੈ ਇਹਦਾ ਸਟਾਰਟਿੰਗ ਪੁਆਇੰਟ ਹੁੰਦਾ ਯੂਰੀਥਰਾ ਤੋਂ ਸਟਾਰਟ ਹੋ ਕੇ, ਫਿਰ ਬਲੈਡਰ ਨੂੰ ਇਨਵੋਲਵ ਕਰ ਸਕਦੀ ਹੈ, ਫਿਰ ਯੂਰੀਟਰਸ ਦੇ ਨਾਲ ਦੇ ਥਰੂ ਉੱਪਰ ਜਾ ਕੇ ਕਿਡਨੀਜ਼ ਨੂੰ ਵੀ ਇਨਵੋਲਵ ਕਰ ਸਕਦੀ ਹੈ। ਇਹ ਸਮਝ ਲਿਆ ਜਾਂਦਾ ਕਿ ਜੇ ਕਿਡਨੀ ਪ੍ਰੋਪਰ ਫਿਲਟਰ ਨਹੀਂ ਕਰ ਰਹੀ ਤਾਂ ਉਹ ਜਿਹੜਾ ਆਪਣਾ ਪ੍ਰੋਪਰ ਜਿਹੜਾ ਇਨਫੈਕਸ਼ਨ ਹੈਗੀ ਆ ਉਹ ਥੱਲੇ ਸਿਸਟਮ ਦੇ ਵਿੱਚ ਆ ਜਾਂਦੀ, ਬਲੈਡਰ ਦੇ ਵਿੱਚ ਆ ਜਾਂਦੀ ਹੈ। ਦੇਖੋ ਕਿਡਨੀਜ਼ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਆ ਹਰਪ੍ਰੀਤ ਜੀ, ਕਿਡਨੀਜ਼ ਦੀ ਪ੍ਰੋਬਲਮਸ ਆ, ਕਿਡਨੀ ਸਟੋਨ ਹੋ ਸਕਦੇ ਹੈ, ਜਾਂ ਫਿਰ ਪੋਲੀਸਿਸਟਿਕ ਕਿਡਨੀ ਡਿਜ਼ੀਜ਼ ਹੋ ਸਕਦੀਆਂ, ਨੈਫਰੋਟਿਕ ਕਿਡਨੀਜ਼ ਹੋ ਸਕਦੀਆਂ, ਇੱਦਾਂ ਕਰਕੇ ਕਿਡਨੀਜ਼ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈ ਜਿਹੜੀਆਂ ਉੱਪਰੋਂ ਅਰਾਈਜ਼ ਹੋ ਕੇ ਵੀ ਨੀਚੇ ਜਾਂਦੀਆਂ। ਲੇਕਿਨ ਜਿਹੜੀਆਂ ਇਨਫੈਕਸ਼ਨ ਦੀ ਗੱਲ ਕਰੀਏ, ਜਿਹਦਾ ਮਾਈਕਰੋਬੀਅਲ ਅਗਰ ਕਹਿੰਦੇ ਹਾਂ, ਜਿਹਦਾ ਮੇਨ ਰੀਜ਼ਨ ਕਾਰਨ ਮਾਈਕਰੋਬ ਹੈ, ਕੋਈ ਬੈਕਟੀਰੀਆ ਹੋ ਸਕਦਾ, ਈਕੋਲਾਈ ਬੈਕਟੀਰੀਆ ਹੋ ਸਕਦਾ, ਕੋਈ ਫੰਗਲ ਇਨਫੈਕਸ਼ਨ ਹੋ ਸਕਦੀ ਹੈ, ਕੋਈ ਯੀਸਟ ਕਰਕੇ ਇਨਫੈਕਸ਼ਨ ਹੋ ਸਕਦੀ ਹੈ,
ਉਹ ਜਿਹੜਾ ਜਿਹੜੀ ਇਨਫੈਕਸ਼ਨ ਹੈ ਉਹ ਉਹ ਟਰੈਵਲ ਕਰਦੀ ਹੈ ਨੀਚੇ ਤੋਂ ਉੱਪਰ ਤੱਕ, ਜਿਹਦੇ ਕਰਕੇ ਕੋਈ ਇਨਫਲੇਮੇਸ਼ਨ ਹੋ ਸਕਦੀ ਹੈ, ਫਿਰ ਬਹੁਤ ਸਾਰੇ ਸਿੰਪਟਮਸ ਫੀਲ ਕਰ ਸਕਦਾ ਪੇਸ਼ੈਂਟ। ਪਰ ਅਗਰ ਆਪਾਂ ਮੇਨ ਕਾਰਨ ਦੇਖੀਏ ਤਾਂ ਮਾਈਕਰੋਬੀਅਲ ਕਾਰਨ ਹੋ ਸਕਦਾ ਹੈ, ਮਾਈਕਰੋਬ ਕਾਰਨ ਹੋ ਸਕਦਾ ਹੈ, ਜਾਂ ਫਿਰ ਇਮਪ੍ਰੋਪਰ ਹਾਈਜੀਨ। ਹਾਂਜੀ, ਸਭ ਤੋਂ ਵੱਡਾ ਕਾਰਨ ਹੈ ਹਰਪ੍ਰੀਤ ਜੀ ਹਾਈਜੀਨ ਦਾ ਮੇਨਟੇਨ ਨਾ ਕਰਕੇ ਰੱਖਣਾ। ਤਾਂ ਤੀਸਰਾ ਇੱਕ ਮੇਜਰ ਕਾਰਨ ਹੈ ਜਿਹੜਾ ਸਭ ਤੋਂ ਜ਼ਿਆਦਾ ਇਗਨੋਰ ਕੀਤਾ ਜਾਂਦਾ ਹੈ, ਜਿਹਨੂੰ ਕਹਿੰਦੇ ਵੇਗ ਧਾਰਨ। ਵੇਗ ਧਾਰਨ ਮਤਲਬ ਨੋਰਮਲੀ ਜਿਹੜਾ ਮੂਤਰ ਤਿਆਗ ਹੈ ਯਾਨੀ ਯੂਰਿਨ ਪਾਸ ਕਰਨਾ, ਇਹ ਆਪਣਾ ਨੈਚੁਰਲ ਅਰਜ ਹੈ, ਬੋਡੀ ਦਾ ਨੇਚਰ ਕਾਲ ਹੈ। ਲੇਕਿਨ ਕੁਛ ਲੋਕ ਕੀ ਕਰਦੇ ਆ ਕਿ ਇਹਨੂੰ ਹੋਲਡ ਕਰਨ ਦੀ ਕੋਸ਼ਿਸ਼ ਕਰਦੇ ਆ, ਸਪੈਸ਼ਲੀ ਫੀਮੇਲਸ ਜਦੋਂ ਕਿਤੇ ਕੋਈ ਇਹੋ ਜਿਹੀ ਜਗ੍ਹਾ ਤੇ ਆ ਕੋਈ ਉਹਨਾਂ ਦੇ ਅਕੋਰਡਿੰਗ ਸਰਕਮਸਟਾਂਸਿਸ ਇਹੋ ਜਿਹੇ ਨਹੀਂ ਹੈਗੇ ਕਿ ਉਹ ਨਹੀਂ ਵਾਸ਼ਰੂਮ ਜਾ ਸਕਦੇ, ਤਾਂ ਜਦੋਂ ਯੂਰਿਨ ਨੂੰ ਤੁਸੀਂ ਕੰਟਰੋਲ ਕਰਕੇ ਰੱਖਦੇ ਹੋ ਬਹੁਤ ਦੇਰ ਤੱਕ, ਹੋਲਡ ਕਰਕੇ ਰੱਖਦੇ ਹੋ, ਤਾਂ ਫਿਰ ਇਹ ਕੀ ਕਰਦੇ ਆ ਉਹ ਇਹ ਜਿਹੜੀ ਕਿਉਂਕਿ ਨੈਚੁਰਲੀ ਜਿਹੜਾ ਯੂਰੀਨਰੀ ਬਲੈਡਰ ਹੈ ਉਹ ਇਲਾਸਟਿਕ ਸ਼ੇਪ ਦਾ ਹੁੰਦਾ, ਮਤਲਬ ਇਲਾਸਟਿਕ ਹੈ, ਤਾਂ ਹੀ ਉਹਦੇ 'ਚ ਯੂਰੀਨ ਇਕੱਠਾ ਹੋਇਆ ਔਰ ਉਹਨੂੰ ਸਟੋਰ ਕਰਕੇ ਰੱਖਦੇ, ਗੁਬਾਰੇ ਦੀ ਤਰ੍ਹਾਂ ਹੈ। ਬਿਲਕੁਲ, ਉਹਦੀ ਵੀ ਫਿਰ ਇੱਕ ਕੋਪੈਸਿਟੀ ਹੁੰਦੀ ਹੈ, ਉਹ ਕਿੰਨਾ ਚਿਰ ਕਿੰਨਾ ਕੁ ਪ੍ਰੈਸ਼ਰ ਸਹੂਗਾ ਉਹ ਵੀ। ਬਿਲਕੁਲ, ਉਹ ਫਿਰ ਜਦੋਂ ਤੁਸੀਂ ਹੋਲਡ ਕਰਨ ਦੀ ਕੋਸ਼ਿਸ਼ ਕਰਦੇ ਹੋ ਔਰ ਫਿਰ ਕੀ ਹੁੰਦਾ ਕਿ ਜਦੋਂ ਯੂਰੀਨਰੀ ਬਲੈਡਰ ਹੈ ਉਹ ਫਿਰ ਉਹਦੀ ਹੌਲੀ ਹੌਲੀ ਜਦੋਂ ਇਹ ਲੌਂਗ ਟਰਮ ਦੇ ਨਾਲ ਇੱਦਾਂ ਹੀ ਚੱਲਦਾ ਰਹਿੰਦਾ ਹੈ ਤਾਂ ਫਿਰ ਉਹਦੀ ਜਿਹੜੀ ਇਲਾਸਟੀਸਿਟੀ ਉਹ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਪੇਸ਼ੈਂਟ ਕੰਪਲੇਂਟ ਕਰਦੇ ਆ ਕਿ ਯੂਰਿਨ ਹੋਲਡ ਕਰ ਨਹੀਂ ਪਾਉਂਦੇ ਬਾਅਦ ਦੇ ਵਿੱਚ। ਤਾਂ ਇਹ ਜਿਹੜੇ ਮੇਜਰ ਕਾਰਨ ਹੈਗੇ ਆ ਕਿ ਯੂਰਿਨ ਨੂੰ ਹੋਲਡ ਕਰਨਾ, ਵੇਗ ਧਾਰਨ ਕਰਨਾ, ਜਿਹੜਾ ਯੂਰਿਨ ਪਾਸ ਕਰਨਾ ਇਹ ਨੇਚਰ ਕਾਲ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ। ਥੋੜ੍ਹੀ ਦੇਰ ਲਈ ਹੋਲਡ ਸਾਰੇ ਹੀ ਕਰਦੇ ਆ, ਇਟਸ ਨੈਚੁਰਲ, ਬਟ ਅਗਰ ਕਿਸੇ ਹੱਦ ਤੱਕ, ਬਟ ਅਗਰ ਤੁਸੀਂ ਉਹਨੂੰ ਫ੍ਰੀਕੁਐਂਟ ਹੈਬਿਟ ਦੇ ਵਿੱਚ ਉਹ ਆ ਰਿਹਾ ਹੈ ਤਾਂ ਉਹਦੇ 'ਤੇ ਐਕਸ਼ਨ ਲੈਣ ਦੀ ਜ਼ਰੂਰਤ ਹੈ, ਉਹਦੇ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ, ਚੇਂਜ ਕਰਨ ਦੀ ਲੋੜ ਹੈ, ਹੈਬਿਟ ਚੇਂਜ ਕਰਨ ਦੀ ਜ਼ਰੂਰਤ ਹੈ। ਮੇਰੇ ਕੋਲ ਬਹੁਤ ਸਾਰੇ ਹਰਪ੍ਰੀਤ ਜੀ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਦੀ ਛੋਟੇ ਬੱਚੇ ਆਉਂਦੇ ਆ ਜਿਨ੍ਹਾਂ ਦੀ ਮਦਰ ਕੰਪਲੇਂਟ ਕਰਦੇ ਆ ਕਿ ਇਹਨਾਂ ਨੂੰ ਬਰਨਿੰਗ ਸੈਂਸੇਸ਼ਨ ਹੁੰਦੀ ਹੈ ਯੂਰਿਨ ਪਾਸ ਕਰਦੇ ਹੋਏ, ਜਾਂ ਕੰਪਲੇਂਟ ਕਰਦੇ ਆ ਕਿ ਲੋਅਰ ਐਬਡਮਨ 'ਤੇ ਪੇਨ ਹੁੰਦਾ, ਜਦੋਂ ਉਹਨਾਂ ਦੀ ਕਾਉਂਸਲਿੰਗ ਕਰਦੇ ਆ ਜਾਂ ਉਹਨਾਂ ਨਾਲ ਜਦੋਂ ਅਸੀਂ ਕੰਸਲਟ ਕਰਦੇ ਹਾਂ, ਗੱਲ ਕਰਦੇ ਹਾਂ ਬੱਚੇ ਨਾਲ, ਤਾਂ ਪਤਾ ਲੱਗਦਾ ਕਿ ਉਹ ਖੇਲ ਦੇ ਵਿੱਚ ਇੰਨਾ ਕੁ ਬਿਜ਼ੀ ਹੋ ਜਾਂਦੇ ਆ ਕਿ ਯੂਰਿਨ ਪਾਸ ਕਰਨਾ ਹੀ ਭੁੱਲ ਜਾਂਦੇ ਆ, ਉਹਨਾਂ ਦਾ 2 ਮਿੰਟ ਆਵਾਂਗੇ ਠਹਿਰ ਕੇ ਜਾਂਦੇ ਆ, ਜਾਂ ਕੋਈ ਗੇਮ ਦੇ ਵਿੱਚ ਇੰਨਾ ਵੀਡੀਓ ਗੇਮ ਦੇ ਵਿੱਚ ਇਨਵੋਲਵ ਹੈ, ਜਾਂ ਬੱਚੇ ਆਪਸ ਦੇ ਵਿੱਚ ਕੁਛ ਇਹੋ ਜਿਹੀ ਚੀਜ਼ਾਂ ਦੇ ਵਿੱਚ ਇਨਵੋਲਵ ਹੈ ਕਿ ਯੂਰਿਨ ਨੂੰ ਹੋਲਡ ਕਰਕੇ ਰੱਖ ਲੈਂਦੇ, ਫਿਰ ਇਹ ਜਿਹੜੀ ਹੈਬਿਟ ਹੈ ਇੱਕ ਪਹਿਲਾਂ ਤਾਂ ਇਹ ਫਿਰ ਇਹ ਹੈਬਿਟ 'ਚ ਕਨਵਰਟ ਹੋ ਜਾਂਦਾ ਜੀ, ਜਿਹੜਾ ਫਰਦਰ ਜਾ ਕੇ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਅਰਾਈਜ਼ ਦੇ ਸਕਦਾ ਹੈ। ਜਿੱਦਾਂ ਮੈਂ ਦੱਸਿਆ ਕਿ ਅਗਰ ਇੱਦਾਂ ਹੀ ਫ੍ਰੀਕੁਐਂਟ ਚੱਲਦਾ ਰਹੇ ਤਾਂ ਜਿਹੜਾ ਯੂਰੀਨਰੀ ਬਲੈਡਰ ਹੈ ਉਹਦੀ ਆਪਣੀ ਇਲਾਸਟੀਸਿਟੀ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਤਾਂ ਇੱਕ ਹੋਰ ਮੇਜਰ ਕਾਰਨ ਹੈਗਾ ਮੀਨੋਪੌਜ਼ ਤੋਂ ਬਾਅਦ ਫੀਮੇਲ ਦੇ ਵਿੱਚ। ਹਾਂਜੀ, ਹੁਣ ਫੀਮੇਲ ਦੇ ਵਿੱਚ ਕੀ ਹੈ ਹਰਪ੍ਰੀਤ ਜੀ, ਮੀਨੋਪੌਜ਼ ਤੋਂ ਪਹਿਲਾਂ ਜਿਹੜਾ ਫੀਮੇਲ ਹਾਰਮੋਨ ਹੁੰਦਾ ਓਸਟ੍ਰੋਜਨ, ਉਹਨਾਂ ਦੀ ਬੋਡੀ ਦੇ ਵਿੱਚ ਪ੍ਰੋਪਰ ਉਹਦੀ ਮਾਤਰਾ ਹੁੰਦੀ ਹੈ ਜੀ, ਮੀਨੋਪੌਜ਼ ਤੋਂ ਬਾਅਦ ਓਸਟ੍ਰੋਜਨ ਦਾ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਹੈ ਔਰ ਫਿਰ ਉੱਥੇ ਜਿਹੜਾ ਉਹਨਾਂ ਦਾ ਜਿਹੜਾ ਵਜਾਈਨਲ ਪਾਰਟ ਹੈ ਉੱਥੇ ਡਰਾਈਨੈਸ ਰਹਿਣੀ ਸ਼ੁਰੂ ਹੋ ਜਾਂਦੀ ਹੈ ਜੀ, ਔਰ ਡਰਾਈਨੈਸ ਦੇ ਕਾਰਨ ਫਿਰ ਕੀ ਹੋ ਜਾਂਦਾ ਹੈ, ਬੈਕਟੀਰੀਆ ਮਾਈਕਰੋਬੀਅਲ ਗਰੋਥ ਜ਼ਿਆਦਾ ਹੋ ਜਾਂਦੀ ਹੈ ਅਤੇ ਉਹ ਇਨਫੈਕਸ਼ਨ ਹੋਣ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ, ਬੈਕਟੀਰੀਆ ਜ਼ਿਆਦਾ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਔਰ ਫੀਮੇਲਸ ਦੇ ਵਿੱਚ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਫੀਮੇਲਸ ਦੇ ਵਿੱਚ ਜ਼ਿਆਦਾ ਹੁੰਦਾ। ਹਾਂਜੀ, ਹਰਪ੍ਰੀਤ ਜੀ ਅਗਰ 5 ਫੀਮੇਲਸ ਦੇ ਵਿੱਚੋਂ ਮਤਲਬ ਅਗਰ 5 ਫੀਮੇਲ ਦੇ ਵਿੱਚੋਂ ਤਾਂ ਉਹਨਾਂ ਵਿੱਚੋਂ ਇੱਕ ਫੀਮੇਲ ਜ਼ਰੂਰ ਇਹੋ ਜਿਹੀ ਹੋਗੀ ਜਿਹਨੇ ਆਪਣੀ ਲਾਈਫ ਟਾਈਮ ਦੇ ਵਿੱਚ ਕਦੇ ਨਾ ਕਦੇ UTI ਜ਼ਰੂਰ ਐਕਸਪੀਰੀਅੰਸ ਕੀਤਾ ਹੋਊਗਾ, ਪ੍ਰੋਬਲਮ ਆਈ ਹੋਗੀ। ਹਾਂਜੀ ਬਿਲਕੁਲ, ਕਿਉਂਕਿ ਉਹਨਾਂ ਦਾ ਐਨਾਟਮੀਕਲ ਸਟਰਕਚਰ ਹੀ ਇੱਦਾਂ ਦਾ ਹੈ ਜੀ, ਫੀਮੇਲ ਦਾ ਐਨਾਟਮੀਕਲ ਸਟਰਕਚਰ ਇੱਦਾਂ ਦਾ ਹੈ ਕਿ ਉੱਥੇ ਉਹਨਾਂ ਦਾ ਜਿਹੜਾ ਯੂਰੀਥਰਾ ਹੈ ਉਹਦੇ ਨੇੜੇ ਹੀ ਵਜਾਈਨਾ ਹੈ ਔਰ ਉਹਦੇ ਨੇੜੇ ਹੀ ਇਨਲ ਰੀਜਨ ਹੈ, ਬਿਲਕੁਲ ਉਹ ਸਾਰੀ ਚੀਜ਼ਾਂ ਪਾਸ ਪਾਸ ਹੈ, ਉਹ ਚੀਜ਼ਾਂ ਪਾਸ ਪਾਸ ਹੋਣ ਦੇ ਕਰਕੇ ਅਗਰ ਕਿਤੇ ਵੀ ਕੁਛ ਵੀ ਅਗਰ ਵਜਾਈਨਲ ਇਨਫੈਕਸ਼ਨ ਹੋ ਗਈ ਤਾਂ ਵੀ ਉਹ ਟ੍ਰਾਂਸਮਿਟ ਹੋ ਕੇ UTI 'ਚ ਕਨਵਰਟ ਹੋ ਸਕਦੀ ਹੈ ਈਜ਼ੀਲੀ, ਜੇ ਉਹਨਾਂ ਨੂੰ ਕੋਈ ਇਨਲ ਰੀਜਨ ਦੇ ਵਿੱਚ ਇਨਫੈਕਸ਼ਨ ਹੈ ਜਾਂ ਕੁਛ ਹੈ ਉੱਥੋਂ ਵੀ ਮਾਈਕਰੋਬੀਅਲ ਗਰੋਥ ਫਰਦਰ ਟ੍ਰਾਂਸਫਰ ਹੋ ਸਕਦੀ ਹੈ ਯੂਰੀਨਰੀ ਟ੍ਰੈਕਟ ਦੇ ਵਿੱਚ, ਤਾਂ ਇਸ ਕਰਕੇ ਜਿਹੜੀਆਂ ਫੀਮੇਲਸ ਹੈ ਉਹਨਾਂ ਦੇ ਵਿੱਚ UTI ਹੋਣ ਦੀ ਟੈਂਡੈਂਸੀ ਜ਼ਿਆਦਾ ਹੁੰਦੀ ਹੈ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਟਿਊਬ ਹੈਗੀ ਹੈ ਨਾ ਉਹ ਵੀ ਛੋਟੀ ਛੋਟਾ ਆਕਾਰ ਹੁੰਦਾ ਉਹਦਾ, ਛੋਟਾ ਆਕਾਰ ਦੇ ਵਿੱਚ ਉਹ, ਕਿਉਂਕਿ ਜਦੋਂ ਤੁਸੀਂ ਬਲੈਡਰ ਤੋਂ ਲੈ ਕੇ ਅੱਗੇ ਤੱਕ ਆਉਂਦੇ ਆ ਤਾਂ ਉਹਦੀ ਲੈਂਥ ਥੋੜੀ ਜ਼ਿਆਦਾ ਹੁੰਦੀ ਹੈ, ਜਿਹੜਾ ਯੂਰੀਥਰਾ ਹੈ ਫੀਮੇਲ ਦੇ ਵਿੱਚ ਸਿਰਫ 4 ਸੈਂਟੀਮੀਟਰ ਦਾ ਔਰ ਮੇਲ ਦੇ ਵਿੱਚ ਉਹ 10 ਸੈਂਟੀਮੀਟਰ ਦਾ, ਤਾਂ ਇਹ ਡਿਫਰੈਂਸ ਹੋਣ ਕਰਕੇ ਇਹ ਐਨਾਟੋਮਿਕਲ ਇਹ ਸਟਰਕਚਰਲ ਡਿਫਰੈਂਸ ਹੈ ਜੋ ਨੈਚੁਰਲ ਹੈ, ਤਾਂ ਇਹਦੇ ਕਰਕੇ ਜਿਹੜੀਆਂ ਫੀਮੇਲਸ ਹੈ ਮੋਰ ਸਸੈਪਟੀਬਲ ਹੈ UTI ਦੇ ਕਾਰਨ,
हुण जिहड़े डायबिटिक पेशेंट्स हुंदे आ उन्हां नूं वी वो भी बहुत हद तक जे सफर करदे आ यूटीआई तों, क्योंकि जिहड़ा डायबिटीज़ है उहदे नाल धातु क्षय हुंदा है, मतलब जिहड़ियां रस रक्त मांस मेद अस्थि मज्जा शुक्र जिहड़ियां हमेशा मैं गल करदी आ कि सत्त धातु है, उन्हां दे विच वीकनेस आनी शुरू जांदी है, ओज घट जांदा है, इम्यूनिटी घट होण करके ਉਹ ਵੀ ਦੇ ਆਰ ਮੋਰ ਸਸੈਪਟੇਬਲ ਟੂ ਯੂ ਟੀ ਆਈ। ਇਸ ਕਰਕੇ ਜਿਹੜੇ ਡਾਇਬਿਟਿਕ ਪੇਸ਼ੈਂਟਸ ਆ ਉਹਨਾਂ ਨੂੰ ਵੀ ਵਾਰ ਵਾਰ ਰੀਕਰੈਂਟ ਯੂ ਟੀ ਆਈ ਦੇ ਅਟੈਕ ਆਉਂਦੇ ਰਹਿੰਦੇ ਆ। ਤਾਂ ਇਹ ਇਹੋ ਜਿਹੇ ਬਹੁਤ ਸਾਰੇ ਕਾਰਨ ਹੈ ਜਿਹੜਾ ਯੂ ਟੀ ਆਈ ਦਾ ਰੀਜ਼ਨ ਬਣਦੇ ਆ। ਬਿਲਕੁਲ, ਇਹ ਨਾ ਡਾਕਟਰ ਸਾਹਿਬ ਕਿਉਂਕਿ ਬਹੁਤ ਜ਼ਿਆਦਾ ਇਹ ਡਿਮਾਂਡਡ ਟੋਪਿਕ ਸੀਗਾ ਕਿ ਹਮੇਸ਼ਾ ਹੀ ਇਸ ਬਾਰੇ ਪੁੱਛਿਆ ਜਾਂਦਾ ਸਾਡੇ ਦਰਸ਼ਕਾਂ ਵੱਲੋਂ ਕਿ ਇਹ ਇਹਦੇ ਬਾਰੇ ਆਯੁਰਵੇਦ ਦੇ ਵਿੱਚ ਇਹਦਾ ਕੀ ਇਲਾਜ ਆ, ਇਹ ਸਾਰੀਆਂ ਗੱਲਾਂ ਬਾਤਾਂ ਅਸੀਂ ਫਿਰ ਉਹ ਸਾਰਾ ਜੋ ਦੇਖਿਆ ਕਿ ਇਹ ਬਹੁਤ ਵਾਰੀ ਪੁੱਛਿਆ ਗਿਆ ਇਹ ਟੋਪਿਕ, ਤਾਂ ਅਸੀਂ ਫਿਰ ਇਸ ਮੰਚ ਦੇ ਉੱਪਰ ਇਹਨੂੰ ਲੈ ਕੇ ਆਏ ਹਾਂ। ਤਾਂ ਸਪੈਸ਼ਲੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਫੀਮੇਲਸ ਦੇ ਵਿੱਚ, ਕਿਉਂਕਿ ਜੋ ਇੱਕ ਸਟਰਕਚਰ ਜੋ ਰੱਬ ਸਾਹਿਬ ਨੇ ਜੋ ਬਣਾਇਆ ਪਰਮਾਤਮਾ ਨੇ ਜੋ ਆਦਮੀ ਅਤੇ ਔਰਤ ਦੇ ਵਿੱਚ ਜਿਹੜਾ ਸਟਰਕਚਰ ਆ ਉਹ ਜਿਹੜਾ ਔਰਤ ਵਾਲਾ ਜਿਹੜਾ ਸਟਰਕਚਰ ਆ ਉਹ ਥੋੜ੍ਹਾ ਜਿਹਾ ਕੰਪਲੈਕਸ ਆ, ਉਹਦੇ ਕਰਕੇ ਇਹ ਜਿਹੜੀਆਂ ਲੇਡੀਜ਼ ਨੂੰ ਪ੍ਰੋਬਲਮ ਇਸ ਤਰ੍ਹਾਂ ਦੀਆਂ ਜ਼ਿਆਦਾ ਹੋਣ ਦੇ ਚਾਂਸਿਸ ਹੁੰਦੇ ਆ ਮੇਲ ਦੇ ਕੰਪੈਰੇਟਿਵ, ਹਾਲਾਂਕਿ ਮੇਲ ਦੇ ਵਿੱਚ ਅਲੱਗ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਉਸ ਤਾਂ। ਬਟ ਜੋ ਡਾਕਟਰ ਸਾਹਿਬ ਇਹਨੂੰ ਹਾਈਜੀਨ ਦੇ ਵਿੱਚ ਜਿਹੜੀਆਂ ਗੱਲ ਕਹਿੰਦੇ ਆ ਕਿ ਜਿਹੜੀ ਸਫਾਈ ਹੈ ਇਸ ਚੀਜ਼ ਦੀ, ਇਹਨੂੰ ਕਿਵੇਂ ਇਹਨੂੰ ਸਾਰਾ ਆਪਾਂ ਪਿਓਰੀਫਾਈ ਕਰਨਾ, ਜਿਹਦੇ ਨਾਲ ਕੀ ਆ ਕਿ ਜਿਹੜਾ ਫੰਗਸ ਆ ਜਾਂ ਬੈਕਟੀਰੀਆ ਜਾਂ ਵਾਇਰਸ ਉੱਥੇ ਇਕੱਠਾ ਨਾ ਹੋਵੇ। ਜੇਕਰ ਉਹ ਉੱਥੇ ਇਕੱਠਾ ਹੋ ਜਾਂਦਾ ਹੈਗਾ ਤਾਂ ਹੌਲੀ ਹੌਲੀ ਉਹ ਫਿਰ ਰਿਵਰਸ ਡਾਇਰੈਕਸ਼ਨ ਟੂਵਰਡ ਕਿਡਨੀ ਵੱਲ ਨੂੰ ਮੂਵ ਹੋਣਾ ਸ਼ੁਰੂ ਹੋ ਜਾਂਦਾ, ਅੱਗੇ ਜਾ ਕੇ ਫਿਰ ਉਹ ਜਿਹੜਾ ਕਿਡਨੀ ਡਿਸਫੰਕਸ਼ਨ ਦਾ ਵੀ ਰੀਜ਼ਨ ਬਣ ਸਕਦਾ ਹੈਗਾ। ਡਾਕਟਰ ਸਾਹਿਬ ਜਿਹੜੀ ਆ ਹੁਣ ਗੱਲ ਆਪਣੀ ਹੋਈ ਆ ਮੈਨ ਵਰਸਸ ਵੂਮੈਨ, ਹੈ ਨਾ, ਜੇ ਤੁਸੀਂ ਹੁਣ ਗੱਲ ਕੀਤੀ ਹੈ ਕਿ ਲੇਡੀਜ਼ 'ਚ ਜ਼ਿਆਦਾ ਇਹ ਪ੍ਰੋਬਲਮ ਆ, ਤਾਂ ਫਿਰ ਮੈਨ ਜਿਹੜੇ ਆਦਮੀ ਆ ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਤਾਂ ਹੁੰਦੀਆਂ ਹੀ ਹੋਣਗੀਆਂ। ਹੁੰਦੀ ਹੈ ਹਰਪ੍ਰੀਤ ਜੀ, ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟ ਅੱਜ ਕੱਲ੍ਹ ਮੈਂ ਬਹੁਤ ਇਹਨਾਂ ਕੁਛ ਦਿਨਾਂ ਦੇ ਵਿੱਚ ਆਏ ਜਿਹੜੇ ਆਪਣੇ ਭੈਣ ਮਤਲਬ ਭੈਣ ਭਰਾ ਹੋ ਜਿਹੜੇ ਡਰਾਈਵਿੰਗ ਦੇ ਵਿੱਚ ਹੈ ਜੀ, ਡਰਾਈਵਿੰਗ ਦੇ ਵਿੱਚ ਕਰਕੇ ਕਿਉਂਕਿ ਉਹ ਬਹੁਤ ਲੰਬੇ ਟੂਰ ਦੇ ਵਿੱਚ ਜਾਂਦੇ ਆ, ਬਹੁਤ ਦੇਰ ਤੱਕ ਬੈਠੇ ਰਹਿੰਦੇ ਆ, ਜਾਂ ਉਹਨਾਂ ਦੇ ਸਰਕਮਸਟਾਂਸਿਸ ਇਹੋ ਜਿਹੇ ਨਹੀਂ ਹੁੰਦੇ ਕਿ ਉਹਨਾਂ ਨੂੰ ਮਤਲਬ ਉਹ ਕਿਤੇ ਨੇੜੇ ਵਾਸ਼ਰੂਮ ਮਿਲ ਜੇ ਜਾਂ ਉਹ ਆਪਣਾ ਯੂਰਿਨ ਪਾਸ ਕਰਨ ਲਈ ਚੱਲਣ, ਤਾਂ ਉਹ ਹੋਲਡ ਕਰਨਾ ਸ਼ੁਰੂ ਕਰ ਦਿੰਦੇ ਆ। ਪ੍ਰੋਲੋਂਗ ਇਹੋ ਇਸ ਪ੍ਰੋਫੈਸ਼ਨ ਦੇ ਵਿੱਚ ਰਹਿਣ ਕਰਕੇ ਜਾਂ ਪ੍ਰੋਲੋਂਗ ਹੋਲਡ ਕਰਨ ਦੇ ਕਰਕੇ ਉਹ ਕੀ ਕਰਦੇ ਆ, ਫਿਰ ਉਹਨਾਂ ਨੂੰ ਹੌਲੀ ਹੌਲੀ ਇਹ ਪ੍ਰੋਬਲਮ ਅਰਾਈਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਜਿੱਦਾਂ ਆਪਾਂ ਪਹਿਲਾਂ ਹੀ ਗੱਲ ਕਰਕੇ ਆ ਕਿ ਵੇਗ ਧਾਰਨ ਕੀਤਾ ਭਾਈ, ਨੈਚੁਰਲ ਅਰਜ ਹੈ ਇਹਨੂੰ ਰੋਕਿਆ, ਇਹਨੂੰ ਆਪਾਂ ਰੋਕਣਾ ਨਹੀਂ ਚਾਹੀਦਾ, ਕੁਛ ਦੇਰ ਲਈ ਤੁਸੀਂ ਕਰ ਸਕਦੇ ਹੋ ਕਿਉਂਕਿ ਜਦੋਂ ਤੁਹਾਨੂੰ ਆਇਆ, ਬਟ ਅਗਰ ਤੁਹਾਡੇ ਕੋਲ ਸਾਰੇ ਸਰਕਮਸਟਾਂਸਿਸ ਤੁਹਾਡੇ ਫੇਵਰੇਬਲ 'ਚ ਹੈ ਔਰ ਤੁਸੀਂ ਘਰੇ ਹੋ ਜਾਂ ਤੁਸੀਂ ਤੁਹਾਨੂੰ ਪਤਾ ਕਿ ਨਜ਼ਦੀਕ ਵਾਸ਼ਰੂਮ ਹੈ ਤੁਸੀਂ ਜਾ ਸਕਦੇ ਹੋ, ਤਾਂ ਇਸ ਚੀਜ਼ ਨੂੰ ਨੇਚਰ ਕਾਲ ਨੂੰ ਫਸਟ ਅਟੈਂਪਟ ਕਰਨਾ ਚਾਹੀਦਾ। ਬਿਲਕੁਲ, ਮੈਂ ਡੈਫੀਨੇਟਲੀ ਇਹ ਬੇਨਤੀ ਕਰਨੀ ਚਾਹੂੰਗਾ, ਸਪੈਸ਼ਲੀ ਜਿਹੜੇ ਲੌਂਗ ਰਨ 'ਤੇ ਡਰਾਈਵਰ ਵੀ ਚੱਲਦੇ ਆਪਣੀ ਕਮਿਊਨਿਟੀ ਦੇ ਵਿੱਚ, ਬਹੁਤ ਲੋਕ ਜਿਹੜੇ ਲੰਮਾ ਸਫ਼ਰ ਤੈਅ ਕਰਦੇ ਆ, ਕਈ ਵਾਰੀ ਆਪਾਂ ਨੂੰ ਇਹ ਹੁੰਦਾ ਕਿ ਕੋਈ ਨਹੀਂ ਹੁਣ ਤਾਂ ਵੀ ਇਹ ਵਾਲਾ ਜਿਹੜਾ ਰੈਸਟ ਸਟੇਸ਼ਨ ਹੈਗਾ ਇਹਨੂੰ ਸਕਿੱਪ ਕਰ ਲੈਂਦੇ ਹਾਂ, ਅੱਗੇ 100 ਮੀਲ 'ਤੇ ਫਿਰ ਆ ਜਾਣਾ ਹੈਗਾ ਜਾਂ 50 ਮੀਲ 'ਤੇ ਫਿਰ ਆ ਜਾਣਾ ਹੈਗਾ, ਤਾਂ ਆਪਾਂ ਉੱਥੇ ਜਾ ਕੇ ਸਾਰਾ ਆਪਾਂ ਰੁਕ ਕੇ ਅਤੇ 5 ਮਿੰਟ ਆਪਾਂ ਰੈਸਟ ਕਰ ਲਾਂਗੇ। ਪਰ ਜੇਕਰ ਜਿਹੜੀ ਇਸ ਤਰ੍ਹਾਂ ਦੀ ਜੇ ਤੁਹਾਡੀ ਸਿਚੁਏਸ਼ਨ ਬਣੀ ਵੀ ਹੈ ਕਿ ਤੁਹਾਨੂੰ ਵਾਸ਼ਰੂਮ ਦਾ ਪ੍ਰੈਸ਼ਰ ਆ, ਤਾਂ ਫਿਰ ਉੱਥੇ ਤੁਸੀਂ ਲਾਈਕ ਔਰ ਚਾਂਸ ਨਾ ਲਓ ਉੱਥੇ, ਬੇਸ਼ੱਕ ਕਿਉਂਕਿ ਆਪਾਂ ਕਮਾਈਆਂ ਕਾਹਦੇ ਲਈ ਕਰਦੇ ਹਾਂ, ਆਪਾਂ ਦੇਖੋ ਪਰਿਵਾਰ ਪਾਲਣੇ ਆ, ਪਰਿਵਾਰ ਤਾਂ ਪਾਲਣਗੇ ਜੇ ਆਪਣੀ ਸਿਹਤ ਠੀਕ ਹੋਊਗੀ। ਤਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਉਹਨੂੰ ਡਿਲੇ ਵਾਲੇ ਮੋਡ 'ਚ ਨਾ ਲੈ ਕੇ ਜਾਓ, ਟਰਾਈ ਕਰੋ ਕਿ ਜਿੰਨੀ ਛੇਤੀ ਹੋ ਸਕਦਾ ਤਾਂ ਉਹ ਜਿਹੜੇ ਪ੍ਰੈਸ਼ਰ ਜਿਹੜਾ ਇਸ ਤਰ੍ਹਾਂ ਦਾ ਹੈਗਾ ਉਹਨੂੰ ਰਿਲੀਜ਼ ਕਰ ਲਿਆ ਜਾਵੇ। ਡਾਕਟਰ ਸਾਹਿਬ, ਇੱਕ ਤਾਂ ਇਹ ਹੋ ਗਿਆ ਵੀ ਇਸ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਕੰਮ ਕਾਰ ਇਸ ਤਰ੍ਹਾਂ ਦੇ ਹੁੰਦੇ ਜਿਹਦੇ ਨਾਲ ਵੀ ਆਪਾਂ ਨੂੰ ਕਈ ਵਾਰੀ ਆਪਾਂ ਵਾਸ਼ਰੂਮ ਹੋਲਡ ਕਰ ਲੈਂਦੇ ਹਾਂ, ਕੱਲਾ ਵਾਸ਼ਰੂਮ ਨੂੰ ਹੋਲਡ ਕਰਨ ਵਾਲੀ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਹੋਰ ਵੀ ਕਰਨਾ? ਪਿੱਤ ਵਰਧਕ ਜਦੋਂ ਆਪਾਂ ਬਹੁਤ ਆਹਾਰ ਵਿਹਾਰ ਖਾਂਦੇ ਹਾਂ, ਅਗਰ ਮੈਂ ਆਯੁਰਵੇਦ ਦੀ ਦ੍ਰਿਸ਼ਟੀ ਨਾਲ ਗੱਲ ਕਰਾਂ ਕਿ ਪਿੱਤ ਵਰਧਕ ਯਾਨੀ ਬਹੁਤ ਇਹੋ ਜਿਹਾ ਮਿਰਚ ਮਸਾਲੇ ਜਾਂ ਬਹੁਤ ਗਰਮ ਚੀਜ਼ਾਂ ਇਹੋ ਜਿਹੀਆਂ ਖਾਂਦੇ ਹਾਂ ਤਾਂ ਵੀ ਜਿਹੜਾ ਯੂ ਟੀ ਆਈ ਹੋ ਸਕਦਾ ਹੈ। ਮੈਂ ਜਿੱਦਾਂ ਦੱਸਿਆ ਤੁਹਾਨੂੰ ਕਿ ਇਹ ਮਾਈਕਰੋਬੀਅਲ ਵੀ ਹੋ ਸਕਦਾ ਔਰ ਇਹਦੇ ਹੋਰ ਵੀ ਸਰਟਨ ਫੈਕਟਰਸ ਹੋ ਸਕਦੇ ਆ ਯੂਰੀਨਰੀ ਟ੍ਰੈਕਟ ਦੇ ਪ੍ਰੋਬਲਮਸ ਦੇ। ਅਤੇ ਹਰਪ੍ਰੀਤ ਜੀ, ਜਿੱਦਾਂ ਆਪਾਂ ਮੈਂ ਦੱਸਿਆ ਸੀ ਜਿੱਦਾਂ ਆਪਾਂ ਮੇਲ ਦੀ ਗੱਲ ਕੀਤੀ ਤਾਂ ਅਬਵ 45 to 50 ਏਜ ਦੇ ਵਿੱਚ ਜਿਹੜਾ ਮੇਲ ਦੇ ਹੈ ਉਹਦੇ ਵਿੱਚ ਯੂ ਟੀ ਆਈ ਦੀ ਪ੍ਰੋਬਲਮਸ ਜਿਵੇਂ ਦੇਖੀਆਂ ਜਾਂਦੀਆਂ ਵੱਧ ਜਾਂਦੀਆਂ। ਉਹਦੇ ਵਿੱਚ ਰੀਜ਼ਨ ਹੈਗਾ ਪ੍ਰੋਸਟੇਟ। ਹਾਂਜੀ, ਪ੍ਰੋਸਟੇਟ ਇੱਕ ਇਹੋ ਜਿਹੀ ਗਲੈਂਡ ਆ ਹਰਪ੍ਰੀਤ ਜੀ ਜਿਹੜੀ ਜਿਹਦਾ ਸਾਈਜ਼ ਅਗਰ ਲੈ ਲਈਏ ਆਪਾਂ ਅਖਰੋਟ ਜਿੰਨਾ ਸਾਈਜ਼ ਹੈ ਜੀ, ਔਰ ਉਹ ਜਿਹੜਾ ਪ੍ਰੋਸਟੇਟ ਆ ਉਹ ਸਿਰਫ ਮੇਲ ਦੇ ਵਿੱਚ ਪਾਇਆ ਜਾਂਦੀ ਹੈ ਉਹ ਗਲੈਂਡ। ਹਾਂਜੀ, ਉਹ ਗਲੈਂਡ ਜਿੱਦਾਂ ਕੰਮ ਕੀ ਹੈ ਉਸ ਗਲੈਂਡ ਦੇ ਵਿੱਚੋਂ ਇਹੋ ਜਿਹੀਆਂ ਸਿਕਰੀਸ਼ਨਸ ਹੁੰਦੀਆਂ ਹੈ ਜੋ ਮੇਲ ਦੇ ਸਪਰਮਸ ਨੂੰ ਨਰਿਸ਼ਮੈਂਟ ਦਿੰਦੀਆਂ ਅਤੇ ਉਹ ਉਹਨਾਂ ਨੂੰ
ਜਦੋਂ ਮੇਲ ਸਪਰਮ ਪਾਸ ਹੁੰਦਾ ਤਾਂ ਉਹਦੇ ਵਿੱਚੋਂ ਉਹਦੇ ਨਾਲ ਨਾਲ ਉਹ ਫਲੂਇਡ ਵੀ ਪਾਸ ਹੁੰਦਾ ਹੈ। ਉਹ ਜਿਹੜਾ ਫਲੂਇਡ ਹੈ ਉਹ ਜਿਹੜਾ ਫਲੂਇਡ ਹੈ ਉਹ ਦਾ ਕੰਮ ਹੈ, ਪ੍ਰੋਡਕਸ਼ਨ ਦਾ ਕੰਮ ਹੈ ਉਹ ਪ੍ਰੋਸਟੇਟ ਕਰਦਾ ਪਿਆ ਤਾਂ ਕਿ ਉਹ ਉਹਨਾਂ ਨੂੰ ਨਰਿਸ਼ਮੈਂਟ ਮਿਲ ਸਕੇ ਸਪਰਮ ਨੂੰ। ਹੁਣ ਜਦੋਂ ਕੀ ਹੁੰਦਾ ਕਿ ਜਦੋਂ ਅਬਵ 45-50 ਦੀ ਏਜ ਦੇ ਵਿੱਚ ਕੀ ਹੋਣਾ ਸ਼ੁਰੂ ਹੋ ਜਾਂਦਾ ਕਿ ਇਹ ਜਿਹੜੀ ਪ੍ਰੋਸਟੇਟ ਗਲੈਂਡ ਹੈ ਇਹ ਇਨਲਾਰਜ ਹੋਣਾ ਚਾਹੀ ਸ਼ੁਰੂ ਹੋ ਜਾਂਦੀ ਹੈ, ਮਤਲਬ ਇਹਦਾ ਸਾਈਜ਼ ਵਧਣਾ ਸ਼ੁਰੂ ਕਰ ਦਿੰਦਾ, ਜਿਹਨੂੰ ਆਪਾਂ ਬਿਨਾਈਨ ਪ੍ਰੋਸਟੇਟ BPH ਵੀ ਕਹਿੰਦੇ ਹਾਂ ਆਪਾਂ ਇਹਨੂੰ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ ਪ੍ਰੋਸਟੇਟ ਦਾ ਸਾਈਜ਼ ਵਧਣਾ ਸ਼ੁਰੂ ਹੋ ਜਾਂਦਾ ਤਾਂ ਉਹ ਜਿਹੜਾ ਪ੍ਰੋਸਟੇਟ ਦਾ ਇਨਲਾਰਜਡ ਸਾਈਜ਼ ਹੈ ਉਹ ਤੁਹਾਡੇ ਬਲੈਡਰ ਦੇ ਉੱਤੇ ਦਬਾਵ ਪਾਉਣਾ ਸ਼ੁਰੂ ਕਰ ਦਿੰਦਾ। ਜਦੋਂ ਬਲੈਡਰ ਦੇ ਉੱਤੇ ਦਬਾਵ ਪਾਉਣਾ ਸ਼ੁਰੂ ਕਰ ਦਿੰਦਾ ਤਾਂ ਫਿਰ ਪੇਸ਼ੈਂਟ ਨੂੰ ਇਹੀ ਫੀਲਿੰਗ ਆਉਂਦੀ ਰਹਿੰਦੀ ਕਿ ਮੈਂ ਯੂਰਿਨ ਪਾਸ ਕਰਨਾ, ਬਟ ਉਹ ਫਿਰ ਯੂਰਿਨ ਪਾਸ ਕਰਨਾ ਜਦੋਂ ਜਾਂਦੇ ਆ ਤਾਂ ਪ੍ਰੋਪਰ ਵੇ ਨਾਲ ਯੂਰਿਨ ਪਾਸ ਨਹੀਂ ਹੁੰਦਾ, ਮਤਲਬ ਪ੍ਰੋਪਰ ਵੇ ਨਾਲ ਬਲੈਡਰ ਐਮਪਟੀ ਨਹੀਂ ਹੁੰਦਾ। ਪਹਿਲਾਂ ਅਗਰ ਸਟਾਰਟਿੰਗ ਜਿਹੜਾ ਪੁਆਇੰਟ ਹੈ ਜਦੋਂ ਯੂਰਿਨ ਪਾਸ ਕਰਦੇ ਆ ਤਾਂ ਉਹਨਾਂ ਨੂੰ ਸਟ੍ਰੇਨਫੁੱਲ ਹੁੰਦਾ, ਮਤਲਬ ਸਟਾਰਟ ਦੇ ਵਿੱਚ ਉਹ ਯੂਰਿਨ ਪਾਸ ਨਹੀਂ ਕਰ ਪਾਉਂਦੇ, ਉਹਨਾਂ ਨੂੰ ਸਟ੍ਰੇਨਫੁੱਲ ਕਰਨਾ, ਪ੍ਰੈਸ਼ਰ ਲਗਾਉਣਾ ਪੈਂਦਾ। ਔਰ ਉਸ ਤੋਂ ਬਾਅਦ ਕੀ ਹੁੰਦਾ, ਪ੍ਰੈਸ਼ਰ ਲਗਾਉਣ ਤੋਂ ਬਾਅਦ ਵੀ ਯੂਰਿਨ ਪਾਸ ਕਰਨ ਤੋਂ ਬਾਅਦ ਵੀ ਉਹਨਾਂ ਦਾ ਬਲੈਡਰ ਐਮਪਟੀ ਨਹੀਂ ਹੁੰਦਾ, ਸਲੋ ਵੀ ਹੋ ਜਾਂਦਾ ਹੈ, ਉਹਦੀ ਜਿਹੜੀ ਸਟ੍ਰੀਮ ਹੈ ਉਹ ਵੀ ਚੇਂਜ ਹੋ ਜਾਂਦੀ ਹੈ। ਔਰ ਉਹ ਬਲੈਡਰ ਅਗਰ ਸਕੈਨ ਕਰਾਉਣ ਜਾਂਦੇ ਆ, ਅਲਟਰਾਸਾਊਂਡ ਕਰਾਉਂਦੇ ਆ, ਤਾਂ ਦੇਖਦੇ ਆ ਉਹਦੇ 'ਚ ਪਤਾ ਚੱਲਦਾ ਕਿ ਜਿਹੜਾ ਬਲੈਡਰ ਆ ਉਹ ਪੂਰੀ ਤਰ੍ਹਾਂ ਖਾਲੀ ਨਹੀਂ ਹੁੰਦਾ, ਉਹ ਐਮਪਟੀ ਰਹਿ ਜਾਂਦਾ, ਜਿਹਦੇ ਕਰਕੇ ਉਹਨਾਂ ਦੇ ਦਿਮਾਗ 'ਚ ਫਿਰ ਆਉਂਦਾ ਕਿ ਮੈਂ ਫਿਰ ਯੂਰਿਨ ਪਾਸ, ਜਿਹੜੀ ਯੂਰਿਨ ਪਾਸ ਕਰਨ ਦਾ ਅਰਜ ਹੈ ਨਾ ਉਹ ਕੰਟੀਨਿਊਸ ਬਣਿਆ ਹੀ ਰਹਿੰਦਾ। ਔਰ ਫਿਰ ਸਪੈਸ਼ਲੀ ਪ੍ਰੋਸਟੇਟ ਦੇ ਕੇਸ ਦੇ ਵਿੱਚ ਵੀ ਰਾਤ ਨੂੰ ਪੇਸ਼ੈਂਟ ਬਹੁਤ 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 ਉੱਠਦਾ ਹੈ ਔਰ ਯੂਰਿਨ ਪਾਸ ਕਰਨ ਦੀ ਕੋਸ਼ਿਸ਼ ਕਰਦਾ। ਹੁਣ ਹਰਪ੍ਰੀਤ ਜੀ, ਜਿਹੜਾ BPH ਦੇ ਕਰਕੇ ਸਿਮਟਮਸ ਆ ਰਹੇ ਹੈ, UTI ਦੇ ਸਿਮਟਮਸ ਆ ਰਹੇ ਆ, ਬਹੁਤ ਹੱਦ ਤੱਕ ਰਿਜ਼ੈਂਬਲ ਵੀ ਕਰਦੇ ਹੁੰਦੇ ਆ ਕਿਉਂਕਿ ਉਹਦੇ ਵਿੱਚ ਪੇਸ਼ੈਂਟ ਵੀ ਉਹੀ ਕੰਪਲੇਂਟ ਕਰਦੇ ਆ, ਬਟ ਡਾਕਟਰ ਇਹ ਐਨਾਲਾਈਸਿਸ ਕਰਦਾ ਹੈ ਕਿ ਕੀ ਡਿਫਰੈਂਸ ਹੈ, ਕਿ ਇਹ ਜਿਹੜੀ ਪ੍ਰੋਬਲਮ ਆ ਰਹੀ ਹੈ ਇਹ UTI ਕਰਕੇ ਹੈ ਜਾਂ ਫਿਰ ਇਹ ਪ੍ਰੋਬਲਮ ਜਿਹੜੀ ਹੈ ਪ੍ਰੋਸਟੇਟ ਕਰਕੇ ਆ ਰਹੀ ਹੈ। ਤਾਂ ਉਹਦੇ ਲਈ ਫਿਰ ਟੈਸਟ ਕਰਵਾਉਣੇ ਪੈਂਦੇ ਆ, ਬਲੱਡ ਜਿਹੜਾ ਅਗਰ BPH ਹੈ ਦੇ ਲਈ ਫਿਰ ਆਪਣੇ ਕੋਲ PSA ਟੈਸਟ ਹੁੰਦਾ, ਜਿਹੜਾ ਪ੍ਰੋਸਟੇਟ ਸਪੈਸੀਫਿਕ ਐਂਟੀਜਨ ਟੈਸਟ ਹੁੰਦਾ, ਫਿਰ ਉਹਦੀ ਵੈਲਿਊਜ਼ ਚੈੱਕ ਕੀਤੀਆਂ ਜਾਂਦੀਆਂ। ਯੂਰੀਨਰੀ ਟ੍ਰੈਕਟ ਇਨਫੈਕਸ਼ਨਸ ਦੇ ਲਈ ਬਲੱਡ ਟੈਸਟ ਹੁੰਦਾ, ਯੂਰੀਨ ਰੂਟੀਨ ਟੈਸਟ ਹੁੰਦਾ, ਯੂਰੀਨ ਕਲਚਰ ਟੈਸਟ ਹੁੰਦਾ। ਤਾਂ ਇਟ ਡਿਪੈਂਡਸ ਡਾਕਟਰ ਜਦੋਂ ਤੁਹਾਡੇ ਨਾਲ ਬੈਠਦਾ ਜਾਂ ਉਸ ਟਾਈਮ ਜਦੋਂ ਤੁਹਾਨੂੰ ਫਿਰ ਉਹਦੇ ਅਕੋਰਡਿੰਗਲੀ ਉਹ ਪ੍ਰਿਸਕ੍ਰਾਈਬ ਕਰਦਾ ਆਫਟਰ ਹਿਸਟਰੀ ਟੇਕਿੰਗ। ਅਤੇ ਇਸ ਕਰਕੇ ਡਿਫਰੈਂਸ਼ੀਅਲ ਕਰਨਾ ਬਹੁਤ ਜ਼ਰੂਰੀ ਹੈ ਕਿ ਇਹ ਪ੍ਰੋਬਲਮ ਐਕਚੁਅਲ ਦੇ ਵਿੱਚ ਕੀ ਹੈ। ਡਾਕਟਰ ਸਾਹਿਬ, ਇੱਕ ਇਹ ਵੀ ਡਿਫਰੈਂਸ ਦੇਖਿਆ ਜਾਂਦਾ ਕਿ ਜਦੋਂ ਜਿਹੜਾ ਪ੍ਰੋਸਟੇਟ ਦੀਆਂ ਪ੍ਰੋਬਲਮ ਨਾਲ ਫਲੋ 'ਤੇ ਫਰਕ ਪੈਂਦਾ, ਰਾਈਟ, ਪਰ ਜਿਹੜਾ UTI ਨਾਲ ਉਹ ਜਲਨ ਵਗੈਰਾ ਜ਼ਿਆਦਾ ਹੁੰਦੀ ਹੈ। ਬਿਲਕੁਲ ਤੁਹਾਡੀ ਸਹੀ ਗੱਲ ਹੈ। ਜੇ ਆਪਾਂ ਸਿਮਟਮਸ ਦੀ ਗੱਲ ਕਰੀਏ ਅਗਰ UTI ਦੇ ਵਿੱਚ, ਜਿੱਦਾਂ ਕਿ ਆਪਾਂ ਹੁਣੇ ਕਿਹਾ ਕਿ ਕਾਰਨ ਦੇ ਵਿੱਚ ਇੱਕ ਕਾਰਨ ਹੈਗਾ ਪਿੱਤ ਵਰਧਕ, ਮਤਲਬ ਪਿੱਤ ਜਿੱਥੇ ਆ ਗਿਆ ਨਾ ਉੱਥੇ ਜਲਨ ਆਊਗੀ। ਜੀ ਬਿਲਕੁਲ, ਮਤਲਬ ਜਦੋਂ ਜਿਹੜੇ UTI ਵਾਲੇ ਪੇਸ਼ੈਂਟਸ ਹੋਣਗੇ ਉਹਨਾਂ ਨੂੰ ਜਿਹੜੀ ਹੈ ਬਰਨਿੰਗ ਮਿਕਚੁਰੇਸ਼ਨ ਹੋਊਗੀ, ਮਤਲਬ ਯੂਰਿਨ ਪਾਸ ਕਰਦੇ ਹੋਏ ਬਰਨਿੰਗ ਫੀਲ ਹੋਊਗੀ, ਜਲਨ ਫੀਲ ਹੋਊਗੀ ਉਹ। ਅਤੇ ਉਹਨਾਂ ਦੇ ਜਿਹੜਾ ਲੋਅਰ ਅਬਡਮਨ ਵਾਲਾ ਪਾਰਟ ਹੈਗਾ, ਜਿਹੜਾ ਯਾਨੀ ਨਾਭੀ ਤੋਂ ਨੀਚੇ ਵਾਲਾ ਪਾਰਟ ਹੈ, ਉੱਥੇ ਬਹੁਤ ਮਾਈਲਡ ਤੋਂ ਲੈ ਕੇ ਸ਼ੂਟਿੰਗ ਪੇਨ ਵੀ ਹੋ ਸਕਦੀ ਹੈ, ਮਤਲਬ ਬਹੁਤ ਤਿੱਖੀ ਜਿਹੀ ਦਰਦ ਵੀ ਹੋ ਸਕਦੀ ਹੈ ਅਗਰ ਇਹ ਲੌਂਗ ਪ੍ਰੋਲੋਂਗ, ਮਤਲਬ ਕਾਫੀ ਦੇਰ ਤੱਕ ਇਨਫੈਕਸ਼ਨ ਰਹਿ ਜਾਏ। ਤਾਂ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਇਹ ਯੂਰੀਥਰਾ ਤੋਂ ਟਰੈਵਲ ਕਰਕੇ ਬਲੈਡਰ, ਬਲੈਡਰ ਤੋਂ ਟਰੈਵਲ ਕਰਕੇ ਯੂਰੀਟਰਸ ਤੋਂ ਟਰੈਵਲ ਕਰਦਾ ਹੋਇਆ ਕਿਡਨੀ ਤੱਕ ਆ ਸਕਦਾ, ਔਰ ਉਹ ਫਿਰ ਜਿਹੜੀ ਸ਼ੂਟਿੰਗ ਪੇਨ ਉਹ ਤੁਹਾਡੇ ਕਿਡਨੀ ਰੀਜਨ ਤੱਕ ਵੀ ਟ੍ਰਾਂਸਫਰ ਕਰ ਸਕਦੀ ਹੈ, ਇੰਨੀ ਜ਼ਿਆਦਾ ਸਿਵੀਅਰ ਪੇਨ ਹੁੰਦੀ ਹੈ ਫਿਰ ਇਹਦੇ ਵਿੱਚ। ਔਰ ਅਗਰ ਇਹਦੇ ਵਿੱਚ ਫੀਵਰ ਵੀ ਹੋ ਜਾਂਦਾ, ਅਗਰ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਜਾਏ ਤਾਂ ਫੀਵਰ ਹੋ ਜਾਂਦਾ। ਔਰ ਇੱਕ ਇਹਦੇ ਵਿੱਚ ਬਹੁਤ ਹੀ ਸਪੈਸੀਫਿਕ ਸਿਮਟਮ ਹੈ ਕਿ UTI ਦੇ ਵਿੱਚ ਅਗਰ UTI ਕਰਕੇ ਫੀਵਰ ਹੋ ਰਿਹਾ ਤਾਂ ਉਹਦੇ ਵਿੱਚ ਠੰਡ ਲੱਗ ਕੇ ਬੁਖਾਰ ਹੁੰਦਾ, ਚਿਲਸ ਕਰਕੇ ਬੁਖਾਰ ਹੁੰਦਾ, ਜਿਵੇਂ ਮਲੇਰੀਆ। ਬਿਲਕੁਲ ਬਿਲਕੁਲ, ਜਿਵੇਂ ਮਲੇਰੀਆ ਦੇ ਵਿੱਚ ਇੱਕਦਮ ਠੰਡ ਲੱਗ ਕੇ ਬੁਖਾਰ ਹੁੰਦਾ, ਉਵੇਂ ਹੀ ਜਿਹੜਾ UTI ਦੇ ਵਿੱਚ ਵੀ ਇੱਦਾਂ ਦਾ ਹੀ ਬੁਖਾਰ ਹੁੰਦਾ। ਬਟ ਉਸ ਟਾਈਮ ਫਿਰ ਜਿਹੜਾ ਯੂਰਿਨ ਹੈ ਉਹਦੀ ਫ੍ਰੀਕੁਐਂਸੀ ਘੱਟ ਜਾਂਦੀ ਹੈ, ਪਰਸਨ ਜਾਂਦਾ ਤਾਂ ਹੈ ਯੂਰਿਨ ਪਾਸ ਕਰਨ ਲਈ, ਬਟ ਉਹਨੂੰ ਪ੍ਰੋਪਰ ਵੇ ਨਾਲ ਯੂਰਿਨ ਕਲੀਅਰ ਨਹੀਂ ਹੁੰਦਾ, ਔਰ ਅਰਜ ਮਾਈਂਡ ਦੇ ਵਿੱਚ ਅਰਜ ਫਿਰ ਬਣਿਆ ਰਹਿੰਦਾ ਕਿ ਮੈਂ ਫਿਰ ਜਾਣਾ, ਮੈਂ ਫਿਰ ਜਾਣਾ, ਉਹ ਮੈਂ ਫਿਰ ਜਾਣਾ, ਗੱਲ ਕਿਸੇ ਨਾਲ ਕਰਦਾ ਪਿਆ ਹੁੰਦਾ, ਬਟ ਮਾਈਂਡ ਦੇ ਵਿੱਚ ਇਹ ਚੱਲਦਾ ਪੈਂਦਾ ਮੈਂ ਯੂਰਿਨ ਪਾਸ ਕਰਨਾ। ਤਾਂ ਉਹ ਜਿਹੜੀ ਬਾਰ ਬਾਰ ਯੂਰਿਨ ਪਾਸ ਕਰਨ ਦੀ ਟੈਂਡੈਂਸੀ ਹੈ ਨਾ ਜਿਹੜੀ, ਉਹ ਇਟ ਲੀਡਸ ਟੂ ਕਿ ਇਹ ਰੂਲ ਆਊਟ ਕਰਨ ਦੀ ਜ਼ਰੂਰਤ ਹੈ ਕਿ ਇਹ ਕਿਤੇ UTI ਤਾਂ ਨਹੀਂ ਹੈਗਾ। ਔਰ ਅਗਰ ਮੈਂ ਹਰਪ੍ਰੀਤ ਜੀ ਮਾਡਰਨ ਮੈਡੀਸਨ ਦੀ ਗੱਲ ਕਰੀਏ ਤਾਂ ਐਂਟੀਬਾਇਓਟਿਕਸ ਇੱਕ ਫਸਟ ਲਾਈਨ ਆਫ ਟ੍ਰੀਟਮੈਂਟ ਹੈ ਜੀ। ਹੁਣ ਐਂਟੀਬਾਇਓਟਿਕਸ ਦਾ ਬਹੁਤ ਵਧੀਆ ਰੋਲ ਪਲੇ ਕਰਦੀਆਂ, ਇਹੋ ਜਿਹੀਆਂ ਐਂਟੀਬਾਇਓਟਿਕਸ ਹੈ ਜਿਹੜੀਆਂ ਯੂਰੀਨਰੀ ਟ੍ਰੈਕਟ ਇਨਫੈਕਸ਼ਨਸ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਦਿੰਦੀਆਂ ਔਰ ਠੀਕ ਕਰ ਦਿੰਦੀਆਂ। ਬਟ ਮੇਰਾ ਸਵਾਲ ਹੈ ਕਿ ਆਪਾਂ ਉਸਨੂੰ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਕਿ ਐਗਜੈਕਟਲੀ ਕਾਰਨ ਕੀ ਹੈ, UTI ਹੋਇਆ, ਆਪਾਂ ਐਂਟੀਬਾਇਓਟਿਕ ਖਾ ਲਈ, ਠੀਕ ਹੋ ਗਏ, ਲੇਕਿਨ ਫਿਰ
तीन चार महीने बाद फिर उही प्रॉब्लम, फिर रिकरेंट एपीसोड, फिर रिकरेंट एपीसोड, क्योंकि कारण नहीं रूल आउट किया भी एक्चुअल च की कारण है, कि हाइजीन तो नहीं है कारण, या कि योजा कारण तो नहीं है कि मैं अपने जरा मूत्र का वेग है उन्होंने रोक दें, रूल आउट नहीं किया कारण की है, और सिर्फ टैंपररी रिलीफ किया एंटीबायोटिक खाधी, एक बार रिलीफ मिल गया, तीन चार महीने निकल गए, दोबारा फिर रिकरेंट एपीसोड। बिल्कुल डॉक्टर साहब, जो एंटीबायोटिक है बिल्कुल जे टैंपररी अपन कोई रिलीफ दे भी दिता है ना, पर वो क्योर नहीं है, रिलीफ रिलीफ के नाल तुसीं की है कि एक बारी तो प्रॉब्लम नूं तुसीं एक ऐ लगता कि आप सॉल्व कर ली, पर जो एंटीबायोटिक अपनी बॉडी में जाते वो बड़े तरह के होर हार्मफुल जिहड़े अपनी बॉडी नूं इफेक्ट देंदे ने। की इहदा इलाज हो सकता हैगा, आपां इह गल्लां बातां भी करांगे। प्रैगनेंस जिहड़े प्रैगनेंसी दे विच जदों इह यूटीआई दीआं प्रॉब्लम्स आउंदीआं तां उदों फिर किस तरह आपां देखणा हैगा, किस तरह दी जिहड़ियां अगे जाके प्रॉब्लम्स आ सकदियां, डायबिटिक जिहड़े लोक हैगे उहनां नूं किस तरह दी प्रॉब्लम्स आ सकदियां, इहदे की इलाज हो सकदे आ, ब्रेक तो बाद आपां इह सारीआं चीज़ां डिस्कस करांगे। एक दो मिनट की ब्रेक तो बाद दोबारा फिर इहनूं होर डिटेल दे विच आपां लैके जावांगे ते डॉक्टर मंजू सेतिया जी नाल सारीआं गल्लां बातां करांगे। एक मिनट की ब्रेक तो बाद दोबारा वापस तुहाडे कोल आउणे जी। ਕੀ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ, ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ। ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ, ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, ਸਟਰੋਂਗ ਆਨਲਾਈਨ ਪ੍ਰੈਜ਼ੈਂਸ, ਓਪਨ ਹਾਊਸਿਸ ਅੰਟਿਲ ਸੋਲਡ, ਨੈਗੋਸ਼ੀਏਬਲ ਕਮਿਸ਼ਨ, ਪ੍ਰਾਪਰਟੀ ਕੋਈ ਵੀ ਹੋਵੇ, ਰੈਜ਼ੀਡੈਂਸ਼ੀਅਲ ਬਿਲਡਿੰਗ, ਕਮਰਸ਼ੀਅਲ ਸਪੇਸਿਸ, ਹੋਟਲਸ, ਗੈਸ ਸਟੇਸ਼ਨਸ, ਮੋਟੈਲਸ ਐਂਡ ਮੈਨੀ ਮੋਰ। ਆਪਣੀ ਡ੍ਰੀਮ ਪ੍ਰਾਪਰਟੀ ਲੈਣ ਲਈ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ 204-292-0177 ਤੇ। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰਖਰਾ ਦਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਟ੍ਰੀ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੌਂਡੋਸ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰਖੜਾ ਨੂੰ 647-720-5454 ਤੇ, 647-720-5454 ਤੇ। इंडियन कजीन का स्वाद हुन कनाडा च? जी हाँ, इंडियन कजीन का स्वाद मिलेगा विनिपेग मैनिटोबा दे सिर्फ ते सिर्फ क्ले अवन ईस्ट इंडियन रेस्टोरेंट दे विच। ओ भी किसे एक जगह नहीं, बल्कि क्ले अवन ईस्ट इंडियन रेस्टोरेंट सर्व्स यू ऑन 3 लोकेशंस। फॉर मेमोरेबल फूड एंड एक्सेप्शनल वैल्यू यू कैन कॉन्टेक्ट अस एट, यू कैन ऑल्सो मेल अस एट। ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ, HD ਐਂਟੀਨਾ ਵੀ ਇੰਸਟਾਲ ਕਰਦੇ ਨੇ, ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416-846-0208-4163-0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। Beautiful you, Jao Renu Hair Salon and Spa. Jithe milega tuhanu laser hair removal and IPL photo facial, jis de naal remove ho sakde ne permanent skin tags and pigmentation. For more information, contact 204-233-3146. Oh, wait, did that bad?
बैठ के घर वर्गा महसूस होवे, जिस दिया ताजिया दाला सब्जिया मिठाइया विच पिंड दी खुशबू होवे। बेशक व्याह शादी छोटी वड्डी पार्टी क्यों ना होवे, पर मित्रो रेस्टोरेंट स्वीट महल ही होवे। डाइनिंग टेक आउट या केटरिंग, स्वीट महल रेस्टोरेंट, जिन्ना सोना रेस्टोरेंट उस तो भी ज्यादा स्वाद खाना। वेज या नॉन वेज आइटम्स ले डाइनिंग टेक आउट या केटरिंग करवाओ, स्वीट महल रेस्टोरेंट दा नंबर कुमाओ। स्वीट महल रेस्टोरेंट, ट्रेडिशंस ऑफ टेस्ट। ਕੀ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, ਸਟਰੋਂਗ ਆਨਲਾਈਨ ਪ੍ਰੈਜ਼ੈਂਸ, ਓਪਨ ਹਾਊਸਿਸ ਅੰਟਿਲ ਸੋਲਡ, नेगोशिएबल कमीशन। प्रॉपर्टी कोई भी होवे, रेजिडेंशियल बिल्डिंग, कमर्शियल स्पेसेस, होटल्स, गैस स्टेशंस, मोटेल्स एंड मेनी मोर। अपनी ड्रीम प्रॉपर्टी लेन दई आज ही संपर्क करो सुनील गर्ग नु 2042920177। एक बार फिर तो विजन पंजाब दे इस मंच ते ब्रेक तो बाद थोड़ा स्वागत है जी। UTI यूरिनरी ट्रैक इनफेक्शन ते असी सारियां गल्लां बातें कर रहे हैं। हुण इस प्रोग्राम दे जिहड़ा सैकंड भाग हैगा, आपां स्पैशली जिहड़ा फोकस करांगे जो प्रैगनेंसी दे विच अगर इस तरह दीआं प्रॉब्लम्स आ जांदियां तां फिर किवें उस चीज़ तो बचा जा सकदा, क्योंकि प्रैगनेंसी अपने आप में एक कॉम्प्लैक्स प्रोसैस हैगी है, क्योंकि बहुत सारिया चीज़ा वो दरम्यान कदे BP बढ़ जाता घट जाता, कोई डायबैटिक, कोई जॉन्डस, कोई बहुत सारिया चीज़ा प्रैगनेंसी दे विच आने के चांसिस होंगे, पर जेकर UTI भी वो ऐड हो जाती है तो फिर किस तरह दी प्रॉब्लम्स आ सकती हैं, तो किवें उस तो बचा जा सकता, तो वह गल्लां बातें फोन करांगे। डॉक्टर साहब, प्रैगनेंसी नूं आपां हुण फोकस करके जिहड़ियां लेडीज़ नूं इस तरह की प्रॉब्लम आ सकती है जां जिन्हां नूं आ चुकी है तो वह की करन। उस तो पहला हरप्रीत जी, आप ब्रेक तो जाने तो पहले एक एंटीबायोटिक की गल की सी, तो एंटीबायोटिक वाले तो आप दसांगे कि जो आप फ्रीकुएंट एंटीबायोटिक्स यूज़ करते हैं UTI के, तो फिर की होंगे कि स्लोली स्लोली उस अपनी बॉडी के रेजिस्टेंस डेवलप हो जाता है, यानी वो जी एंटीबायोटिक सी वो अपनी बॉडी वो रिस्पोंड नहीं करेगी। फिर एक एंटीबायोटिक तो छड़ के फिर थोड़ा जो उस तो अपग्रेड वाली एंटीबायोटिक लें, फिर उस तो उपर, फिर उस तो उपर, इदा करके फिर क्योर। जो आप बार बार फ्रीकुएंट एंटीबायोटिक्स का यूज करते रहने तो अपनी इम्यूनिटी भी हैम्पर कर बिल्कुल है। फिर कोई होर नवा रोग शुरू हो जाता है। बिल्कुल, इस करके कोशिश करना चाहिए कि नैचुरल तरीके दे नाल, क्योंकि UTI एक एहो जी प्रॉब्लम है जिन्हों बहुत ही वधिया तरीके दे नाल आयुर्वेद दे विच बहुत अच्छी तरह विस्तार नाल दस्या गया है, और बहुत सोहने बहुत वधिया तरीका तक उहदा उपचार भी दस्या गया, उहदा ट्रीटमेंट भी दस्या गया है। अगर आप नैचुरल वे नाल इहनूं ट्रीट करन दी कोशिश करदे आ तां आपां रिकरेंट UTI तो बहुत हद तक बच सकदे आ जी। और हुण जिहड़ा तुसीं तुहाडा क्वेश्चन सीगा कि प्रैगनेंसी दे विच, हां जी हरप्रीत जी, जिवें जिवें प्रैगनेंसी दे विच UTI होण दे चांसिस बहुत ज़्यादा हो जांदे आ। रीजन बीइंग कि जदों एक तां कि जदों फीटस दा साइज़ वधदा है तां जिवें जिवें फीटस दा साइज़ वधदा उह यूटरस नूं इरीटेट करदा रहिंदा, यूटरस ते वेट आउंदा रहिंदा, ते इस करके फीमेल्स नूं वैसी टेंडेंसी रहिंदी है बार बार यूरिन पास करन दी। और अगर उस केस दे विच अगर UTI हो जाए, यूरिनरी ट्रैक्ट इन्फेक्शन हो जाए, तां अगर उह इन्फेक्शन उपर ब्लैडर वल चले जाए और ब्लैडर इरीटेट हो जाए तां उह फीटस नूं वी इरीटेट कर सकदा है। तो इस करके इस चीज़ तो बचने का सब तो बेस्ट तरीका हैगा कि जो भी फीमेल नू स्पेशली प्रैगनेंसी दे विच UTI की कंप्लेंट लगे तो वो अल्कलाइन डाइट जरूर आपकी ऐड ऑन करे, यहो जी खीरा टमाटर। हाँ जी, ले लो तुसी, ले लो कॉल नाल दी नाल ले लां जी। हेलो, सत श्री अकाल जी, तुसी एयर ते हो? हाँ जी, मैं गल करनी सी डॉक्टर ना। हाँ जी, डॉक्टर साहब नाल ही है जी। हाँ जी, दसो। हेलो हेलो। हाँ जी भैन जी, तुसी ना पर TV दी वॉल्यूम बिल्कुल स्लो कर लो, क्योंकि इधरों जिहड़ा साडा ना थोड़ा TV 15 सैकंड डिले चलता, तुसी जे ओ TV दी आवाज़ सुनने की ट्राई करोगे तो फिर गल नहीं होगी। तुसी हाँ जी वॉल्यूम इहदी स्लो कर लो जी। की सवाल है जी? हाँ जी, की सवाल है थोड़ा? हेलो,
हाँ जी हाँ जी सुन रहे हैं जी डॉक्टर साहब सुन रहे हैं थोड़ी गल नूं हाँ जी ठीक है जी मैं डॉक्टर साहब नूं पूछना सीगा जिदा मेरा बेबी आ 7 मंथ दा हाँ जी हाँ जी जिदा सिर्फ ब्रेस्ट फीड ही ले रहा वा ते फिर जिदा हुण कोई भी आपां बाहरला फूड घर वाला फूड बना के दिंदे आ उह लै नहीं रहा ते फिर जिदा मैं चाहुंदी मैं अपनी ब्रेस्ट मिल्क इनक्रीज करन लई की खा सकदी आ वी जे ना मिल्क बहुत आ जाए हाँ जी मैं दसना चाहूंगी तुसी अपने बच्चे नूं क्योंकि थोड़ा बच्चा 7 मंथ्स हैगा तो इस टाइम दे विच तुसी उन्नू सैमी सॉलिड फूड तुसी जरूर उहदी डाइट दे विच ऐड करो क्योंकि उस टाइम हुण उन्नू होर ज्यादा नरिशमेंट की जरूरत है। तुसी उन्नू खिचड़ी तो शुरू कर सकते हो, तुसी उन्नू खिचड़ी दो, दाल का पानी दो, तुसी ये चीज़ां उन्नू थोड़ा जा फ्रूट का जूस भी दे सकते हो, थोड़ी थोड़ी चीज़ां उन्नू ऐड करो। और अगर तुसी खुद दे लिए तुसी अपना मिल्क प्रोडक्शन इनक्रीज़ करना चाहते हो तो एक आयुर्वेदिक हर्ब है शतावरी। हाँ जी शतावरी उहदे ग्रैन्यूल्स मार्केट दे विच ईजीली मिल जाते हैं, वो चॉकलेट फॉर्म दे विच फ्लेवर फॉर्म दे विच आ जाते हैं। तुसी एक चम्मच उन्हें दूध दे विच ऐड करके तुसी वो जिदा आपां क्योंकि चॉकलेट ग्रैन्यूल्स आते हैं जिवें आपां दूध नूं मिठा करना से अजकल मार्केट दे विच बहुत सारी चीज़ें अवेलेबल है, बिल्कुल उस तरह ग्रैन्यूल्स फॉर्म दे विच जिवें बॉर्नविटा और हॉर्लिक्स इदां दी चीज़ां आंदियां उदां तरह एक शतावरी ग्रैन्यूल्स आता है चॉकलेट फ्लेवर दे विच। तुसी उस नूं एक चम्मच रात नूं दूध दे विच पी के दूध विच मिक्स करके तुसी उन्हूं लैना शुरू करो, उहदे नाल बहुत वधिया हैल्प होगी, तुहानूं लगेगा तुहानूं अपने आप फील होगा कि तुहाडे जिहड़ी ब्रेस्ट मिल्क दी है जिहड़ी प्रोडक्शन है वो इनक्रीज़ होगी। ठीक है जी। देखो हर बच्चा डिफरेंट है, तुसी इहनू ना पहला तां एक अपने बेटी दे नाल कंपेयर ना करो क्योंकि कंपैरिजन नहीं कर सकते। हर बच्चे दा अपना एक डाइजेस्टिव सिस्टम हुंदा है, उहदी पाचन शक्ति डिफरेंट है उहदे नालों। अगर थोड़ा बच्चा अगर 4-5 स्पून एक टाइम दे विच लै रहा है तां तुसी उहनू इनफ लो, उहनू फोर्स ना करो, थोड़ी देर बाद दोबारा ट्राई करो उहनू खवाण वास्ते, बट उहनू फोर्स नहीं करो कि वह वॉमिट कर दे उस चीज़ नू। ते क्योंकि अगर तुसी कंपेयर करोगे तां तुसी उहनू फोर्सफुली खिलाण दी कोशिश करोगे, फोर्सफुली नहीं खिलाओ, लेकिन थोड़ी थोड़ी देर बाद बच्चे नू ट्राई जरूर करो। एटलीस्ट 2 आवर्स का गैप जरूर रखो उहनू उहदी फीडिंग दे विच, उन्हों ओवरफीड भी नहीं करना गा क्योंकि अगर तुसी ओवरफीड करोगे फिर भी उन्हों डाइजेशन इशूज आएंगे। और अगर फिर भी थोड़े माइंड दे विच कोई होर तुसी डिटेल च डिस्कस करना चाहते हो तो तुसी मेरे नंबर ते तुसी इस शो तो बाद कॉल कर सकते हो 6475373929 ते तुसी मेरे नाल कॉल कर लियो, तुसी मेरे नाल डिटेल च डिस्कस कर सकते हो तो मैं थोनू बैटर दसूंगी कि तुसी किद्दां किद्दां इन चीज़ नू मैनेज कर सकते हो। बिल्कुल जी, मैं प्रोग्राम दे विच पेंजी मैं अपना ये नंबर डॉक्टर साहब जरूर दस के जाऊँगा, पर तुसी की है कि वह नंबर ते डायल करके ना जे थोड़े कोई होर भी थोड़े सवाल हैगे आ बच्चे दी हेल्थ ते रिलेटेड तो तुसी जरूर कॉल कर लियो, डॉक्टर साहब थानू उसका पूरा जवाब देंगे, पूरा थानू सारी डिटेल तो दसनगे। तो बाकी जिवें डॉक्टर साहब ने दस्या हैगा कि लाइक कंपेयर नहीं कर सकते भी एक बच्चे ने जल्दी शुरू कर लिया एक ने लेट किया, बहुत बच्चों के फर्क होंगे, कोई बोलना जल्दी शुरू कर देंगे कोई तुरना जल्दी शुरू कर दे, राइट। हर एक बच्चे की एक अपनी अबिलिटी होंगी है सीखण की या खाण की भी, ये भी एक है ना, पर जेकर तुसी ज़्यादा उन्हों फीड करोगे तो फिर कई बार कोई होर प्रॉब्लम दिक्कत आ जाती, ट्राई करते रहना चाहिए। बिल्कुल बिल्कुल है ना, क्योंकि एकदम जिहड़ा अपना मिल्क हैगा जो अपना है ना अपना नैचुरल हैगा तो आप जो कोई होर फूड शुरू करते हैं तो वह चेंजस तो बच्चे डेफिनेटली कई बार डाइजेशन सिस्टम एक्सैप्ट नहीं करता क्योंकि बच्चे का डाइजेशन सिस्टम हजे डेवलप हो रहा स्लोली स्लोली, तो डाइजेशन के सिस्टम के अकॉर्डिंग जो आप फीड करते हैं आपको भी समझ आती है कि बच्चे का डाइजेशन कि अपने आप में अकॉर्डिंगली एडजस्ट करना पेगा जी। डॉक्टर साहब का नंबर ना तुम एक बार फिर जरूर लिख लो 6475 3739 6475 3739
प्रोग्राम तो बाद डॉक्टर साहब न कॉल करके तो सारा ये पूछ लियो जी। डॉक्टर साहब जी आप गल कर रहे थे प्रैगनेंसी के दिक्कत आदि है, बिल्कुल आप गल करते हैं कि हाइजीन का मेनटेन करके रखना बहुत जरूरी है। हूँ सिंपल जी चीज़ है हाइजीन मेनटेन करते, एक तो पूरा साफ सफाई रखना ही है और कोशिश करनी चाहिए कि सिंथेटिक अंडर गारमेंट्स नहीं यूज़ करने चाहिए, चाहे वो प्रेगनेंट है। इस करके नहीं, कोई भी फीमेल कोई भी मेल होवे अवॉइड करना चाहिए सिंथेटिक अंडर गारमेंट्स दे, भी प्रेफरेंस होनी चाहिए कि कॉटन अंडर गारमेंट्स दे नू यूज़ किया जाए, क्योंकि सिंथेटिक अंडर गारमेंट्स है वो मॉइस्चर मतलब वो नल गिलापन ज़्यादा रह जाता है तो वो फिर इन्फेक्शन का कारण हो सकता है। तो कॉटन अंडर गारमेंट्स जी नू यूज़ करो। तो एक चीज़ आप हरप्रीत जी मोस्टली सारे घर होंगी है फिटकड़ी, हाँ जी एलम जी पानी दे विच घोल के वो जिहड़ा सोल्यूशन तैयार हो जाता है उहदे नाल वॉश करना चाहिए। एल्कलाइन डाइट लईए, इहो जिहे मिर्च मसाले गरम चीजा इहो जिहे चीजा अवॉइड करिए कि आपां इहनां इस चीज तो UTI तो बच सकीए। डॉक्टर समा बड़ा तेजी नाल जा रहा, तुसीं जिहड़ा एक तां जिहड़ा आयुर्वेद दे रिलेटड जिहड़ियां चीजां तुसीं रिकमेंड करदे हो ओह वी ते जां जिहड़ियां घरां दे विच साडे पईआं हैगीआं ओहदे नाल ही किवें इस समस्या नाल आपां सोल्यूशन कढ सकदे हां जी। देखो हरप्रीत जी जिद्दां आपां गल करदे हां कि जदों वी UTI हुंदा रहिंदा रिकरेंट UTI रहिंदा ते आपां एंटीबायोटिक्स लैणा चल लैंदे हां। एंटीबायोटिक्स तों बचण दा सब तों वधिया तरीका है प्रोबायोटिक्स, यानी वो चीज़ जिद पहले तो हैल्दी बैक्टीरिया जी अपनी गट ले भी अच्छा है अपनी बॉडी ले अच्छा है जी। वो चीज़ अपने सारे के घर में हैगी है, वो है दही। दही अच्छा हाँ जी, हाँ जी। प्रो बहुत वधिया प्रोबायोटिक हैगी है, दही नू तुसी अगर किसी नू बार बार रीकरेंट UTI अटैक रहिंदा है आंदे रहिंदे है कि बार बार UTI की प्रॉब्लम रहिंदी है तो वो दही की छाछ बना के भी लै सकते हैं, नहीं तो सवेरे खाली पेट दही लै सकते हैं तो वो हैल्दी बैक्टीरिया थोड़े वो ग्रो होंगे है। बहुत वधिया काम करदे जिन्हां रीकरेंट UTI है, बट ध्यान रखना चाहिए कि दही खट्टी नहीं होनी चाहिए क्योंकि खट्टी दही फिर डाइजेशन इशूज क्रिएट करूगी। मिठा दही होवे घर का बनिया होया दही होवे मिट्टी दे विच बर्तन दे विच अगर दही बनिया होवे तां उहदे तां बहुत ही वधिया हैगा। तो दही थोड़े अपने घर है जिहड़ा प्रोबायोटिक का काम करता है जी। एक चीज़ है आंवला, हाँ जी। और हरप्रीत जी मैं अपने हर एपीसोड दे विच गिलोए का नाम लैनी हाँ, गिलोए आंवला ना तो वो मैं हमेशा कहनी हूँ कि ये चीज़ जिहड़ी गिलोए है या आंवला ये अपने घर च होनी चाहिए है, क्योंकि आंवला गिलोए ये रसायन का काम करते अपनी बॉडी की इम्यूनिटी भी बिल्ड करते हैं। अगर किसी को रीकरंट UTI होंदा है तो आंवले तो गिलोए का बराबर मात्रा के चूरन बना के रख लैन, एक चम्मच सवेरे एक चम्मच शाम लैन बहुत वधिया काम करूगा। डॉक्टर साहब ये जिहड़ा गिलोए कहिंदे खाण च बड़ा कौड़ा होंदा, खाण दे विच कौड़ा होंदा बट इहदे गुण बहुत है जे टैबलेट वगैरह टैबलेट भी है बहुत मार्केट दे विच ईजीली अवेलेबल है, टैबलेट्स अवेलेबल है पाउडर अवेलेबल है, इहदी तुहानूं डायरैक्ट रॉ भी मिल जाता है तुसीं उहदा काढ़ा बना के भी पी सकते हो। ठीक है जी। ते इहनूं किस तरह भी यूज़ करना चाहिए बट गिलोए बहुत वधिया काम करदी है। और फिर अपने कोल घर दे विच हरप्रीत जी मूली हाँ जी, मूली का रस बहुत वधिया काम करता है UTI दे विच, जिन्हां नू UTI की प्रॉब्लम हैगी है वह मूली के रस दे विच थोड़ा जिहा प्याज का रस पान, दो चम्मच अद्धा गिलास मूली का रस, दो चम्मच प्याज दे प्याज का रस, एक चम्मच नींबू का रस, तो थोड़ा जिहा पालन पिंक सॉल्ट, ये जिहड़ा जिहड़ा मिक्सचर बन जूगा ये बहुत वधिया काम करूगा UTI दे विच। दोबारा फिर एक बारी दस्सो, मूली का रस हाँ जी, अपना उस तो बाद प्याज का रस जी, फिर अपने को चाहिए अपन नींबू का रस, तो फिर चाहिए अपन सेंधा नमक, हाँ जी सेंधा नमक जो पिंक सॉल्ट है हाँ जी, मिक्सर बहुत वधिया करता UTI दे। ता दिन एक बारी दो बारी एक दो बारी ले सकते हैं, तो फिर एंटीबायोटिक लाने की कोई लोड़ नहीं जे थोनू किसी भी थोनू लगता है, क्योंकि अगर जिन्हों बार बार अटैक हो रहा है ना एदा मतलब उन्हों अपने सिस्टम ते काम करने की लोड़ हैगी है। ठीक है जी। और अगर माइल्ड हैगी है UTI है तो घरे तुसी नारियल पानी पियो अपनी वाटर इनटेक वधा दो, थोनू लोड़ ही नहीं पेगी किसी चीज होर चीज की। ओके भी मतलब जी आप ज़्यादा फ्रीकुएंटली पानी पीते रहते हैं तो वो भी सारा कुछ सफाई हो जाती है। देखो हरप्रीत जी किडनी का काम की है
ਉਹਨੇ ਫਿਲਟਰੇਸ਼ਨ ਕਰਨੀ ਹੈ ਜੀ। ਜਦੋਂ ਤੁਸੀਂ ਵਾਟਰ ਇਨਟੇਕ ਜ਼ਿਆਦਾ ਲੈਂਦੇ ਹੋ ਤਾਂ ਕਿਡਨੀ ਕੀ ਕਰਦੇ ਆ, ਤੁਹਾਡੀ ਬੋਡੀ ਦੇ ਵਿੱਚ ਜਿਹੜਾ ਟੌਕਸਿਨ ਹੈਗਾ ਉਹਨੂੰ ਸੈਪਰੇਟ ਕਰਕੇ ਬਲੱਡ ਦੇ ਵਿੱਚੋਂ ਯੂਰਿਨ ਦੇ ਥਰੂ ਐਕਸਕ੍ਰੀਟ ਕਰ ਦਿੰਦੇ ਆ ਬੋਡੀ ਦੇ ਵਿੱਚੋਂ। ਜੇ ਤੁਸੀਂ ਪਾਣੀ ਪੀ ਰਹੇ ਹੋ ਤਾਂ ਯੂਰਿਨ ਆ ਰਿਹਾ ਔਰ ਯੂਰਿਨ ਦੇ ਥਰੂ ਟੌਕਸਿਨ ਤੁਹਾਡੀ ਬੋਡੀ ਦੇ ਵਿੱਚੋਂ ਨਿਕਲਦੇ ਪਏ ਆ ਔਰ ਮਾਈਕਰੋਬੀਅਲ ਕੁਛ ਵੀ ਕਿਤੇ ਵੀ ਗਰੋਥ ਹੈਗੀ ਹੈ ਉਹ ਫਲੱਸ਼ ਆਊਟ ਹੋਈ ਜਾਂਦੇ ਆ। ਪਰ ਜਦੋਂ ਤੁਸੀਂ ਪਾਣੀ ਤੁਹਾਡੀ ਵਾਟਰ ਇਨਟੇਕ ਬਹੁਤ ਘੱਟ ਹੈਗੀ ਹੈ ਤਾਂ ਜਿਹੜੀ ਯੂਰਿਨ ਦੀ ਕੁਆਂਟਿਟੀ ਵੀ ਘੱਟ ਜਾਂਦੀ ਹੈ, ਫਿਰ ਯੂਰਿਨ ਉੱਥੇ ਪਿਆ ਰਹਿੰਦਾ, ਉੱਥੇ ਮਾਈਕਰੋਬੀਅਲ ਗਰੋਥ ਹੋਣੀ ਲਾਜ਼ਮੀ ਹੈ। ਬਿਲਕੁਲ, ਕਈ ਵਾਰੀ ਆਪਾਂ ਇਹ ਸੁਣਿਆ ਜੀ, ਹੁਣ ਮੈਨੂੰ ਪਤਾ ਨਹੀਂ ਉਸ ਕਹਿੰਦੇ ਜਿਹੜੀਆਂ ਤੁਹਾਡੀਆਂ ਕਿਡਨੀਜ਼ ਦਾ ਪਾਣੀ ਤੁਸੀਂ ਇੰਨਾ ਕੁ ਪੀਓ ਕਿ ਕਿਡਨੀਜ਼ ਆਲਵੇਜ ਪਾਣੀ 'ਚ ਡੁੱਬੀਆਂ ਹੋਣੀਆਂ ਚਾਹੀਦੀਆਂ। ਮਤਲਬ ਵਾਟਰ ਇਨਟੇਕ ਐਟਲੀਸਟ 2-3 ਲੀਟਰਸ ਵਾਟਰ ਇਨਟੇਕ ਤੁਹਾਡੀ ਜ਼ਰੂਰ ਹੋਣੀ ਚਾਹੀਦੀ ਹੈ ਅਗਰ ਤੁਸੀਂ ਆਪਣੀ ਕਿਡਨੀ ਨੂੰ ਹੈਲਦੀ ਰੱਖਣਾ ਹੈਗਾ, ਕਿਉਂਕਿ ਉਹ ਕੀ ਹੈ ਫਿਰ ਉਹ ਟੌਕਸਿਨ ਬੋਡੀ ਦੇ ਵਿੱਚੋਂ ਕੱਢਦੀ ਰਹਿੰਦੀ ਹੈ, ਨਹੀਂ ਤਾਂ ਉਹੀ ਟੌਕਸਿਨ ਵਾਪਸ ਬਲੱਡ ਦੇ ਚਲੇ ਜਾਂਦਾ, ਉਹ ਫਿਰ ਵਾਪਸ ਕਿਡਨੀ ਕੋਲ ਆ ਜਾਂਦਾ, ਆਪਾਂ ਕਿਡਨੀ ਨੂੰ ਫਿਰ ਓਵਰਲੋਡ ਕਰਦੇ ਰਹਿੰਦੇ ਹਾਂ ਜੀ। ਅਤੇ ਮਤਲਬ ਉਹਦੇ ਤੋਂ ਡਬਲ ਡਬਲ ਕੰਮ ਕਰਾਉਂਦੇ ਹਾਂ ਆਪਾਂ। ਬਿਲਕੁਲ ਹਾਂਜੀ ਡਾਕਟਰ ਸਾਹਿਬ, ਕਿਉਂਕਿ ਜਿਹੜੀ ਚੀਜ਼ ਦੇ ਨਾਲ ਜੇ ਹੁਣ ਆਪਾਂ ਕੱਪੜੇ ਧੋਣੇ ਹੋਣ ਜੀ, ਆਪਣੇ ਕੋਲ ਪਾਣੀ ਨਾ ਹੋਊਗਾ ਤਾਂ ਫਿਰ ਉਹ ਕਿਵੇਂ ਧੋਤੇ ਜਾਣਗੇ, ਹੈ ਨਾ। ਬਿਲਕੁਲ, ਤਾਂ ਕੋਈ ਵੀ ਚੀਜ਼ ਆ ਸਾਫ਼ ਸਫਾਈ ਦੇ ਲਈ ਜੇ ਆਪਾਂ ਨੂੰ ਪਾਣੀ ਦੀ ਲੋੜ ਆ ਤਾਂ ਕਿਡਨੀਆਂ ਨੇ ਵੀ ਕੰਮ ਉਹੀ ਕਰਨਾ, ਤਾਂ ਉਹਨਾਂ ਨੂੰ ਵੀ ਪਾਣੀ ਦੀ ਲੋੜ ਆ, ਲਿਕੁਇਡ ਦੀ ਲੋੜ ਆ, ਚੰਗੇ ਲਿਕੁਇਡ ਦੀ। ਇਹ ਨਹੀਂ ਵੀ ਆਪਾਂ ਕੋਈ ਇਸ ਤਰ੍ਹਾਂ ਦਾ ਸੋਫਟ ਡਰਿੰਕ ਪੀਣਾ, ਜਿਹੜਾ ਪਾਣੀ ਆ ਫਰੈਸ਼ ਵਾਟਰ ਜਿਹੜਾ ਉਹ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਦਾ, ਚਾਹੇ ਤੁਹਾਡੇ ਹੋਰ ਤਰ੍ਹਾਂ ਦੇ ਜਿਹੜੇ ਆਪਣੇ ਔਰਗਨਸ ਹੈਗੇ ਆ ਉਹਨਾਂ ਨੂੰ ਵੀ ਕਾਫੀ ਹੈਲਪ ਕਰਦਾ ਹੈਗਾ। ਪਾਣੀ ਜ਼ਿਆਦਾ ਪੀਓ, ਪਾਣੀ ਨਾਲ ਕਹਿੰਦੇ ਵੀ ਬਿਊਟੀ ਵੀ ਵੱਧਦੀ ਆ, ਤੁਹਾਡੇ ਜਿਹੜੇ ਚਿਹਰਾ ਵੀ ਸਾਫ਼ ਰਹਿੰਦਾ, ਅਤੇ ਇੱਕ ਤਾਂ ਲਗਾਤਾਰ ਪਾਣੀ ਪੀਣਾ, ਇੱਕ ਜੇਕਰ ਤੁਹਾਨੂੰ ਕੋਈ ਪ੍ਰੈਸ਼ਰ ਇਸ ਤਰ੍ਹਾਂ ਦਾ ਕੋਈ ਬਣਦਾ ਵਾਸ਼ਰੂਮ ਦਾ ਉਹਨੂੰ ਹੋਲਡ ਨਹੀਂ ਕਰਨਾ। ਪੂਰੇ ਪ੍ਰੋਗਰਾਮ ਦਾ ਜਿਹੜਾ ਇੱਕ ਮੈਂ ਇਹਨੂੰ ਕੰਕਲੂਡ ਕਰਾਂ ਤਾਂ ਸਪੈਸ਼ਲ ਜਿਹੜੇ ਮੇਰੇ ਵੀਰ ਇਸ ਤਰ੍ਹਾਂ ਦਾ ਕੰਮ ਕਰਦੇ ਆ, ਟਰੱਕਰ ਆ ਸਪੈਸ਼ਲੀ ਜਾਂ ਟਰੱਕ 'ਤੇ ਜਾਂਦੇ ਆ, ਤਾਂ ਉਹ ਕਾਫੀ ਜ਼ਿਆਦਾ ਕਈ ਵਾਰੀ ਵਾਸ਼ਰੂਮ ਨੂੰ ਹੋਲਡ ਕਰ ਲੈਂਦੇ ਆ, ਬਿਲਕੁਲ ਨਹੀਂ ਕਰਨਾ ਹੈ। ਜਿੱਥੇ ਕਿਤੇ ਵੀ ਤੁਹਾਨੂੰ ਚਾਂਸ ਲੱਗਦਾ ਹੈਗਾ ਤਾਂ ਉਹ ਜਿਹੜਾ ਪ੍ਰੈਸ਼ਰ ਆ ਉਹਨੂੰ ਰਿਲੀਜ਼ ਕਰ ਦਿਉ। ਤਾਂ ਜਾਂ ਲੇਡੀਜ਼ ਕਈ ਵਾਰੀ ਇਸ ਤਰ੍ਹਾਂ ਦੇ ਕਿਤੇ ਮਾਹੌਲ ਦੇ ਵਿੱਚ ਬੈਠੀਆਂ ਹੁੰਦੀਆਂ ਕਿ ਉਹ ਉਹਨਾਂ ਨੂੰ ਲੱਗਦਾ ਹੁੰਦਾ ਕਿ ਉਹਨਾਂ ਨੂੰ ਵਾਸ਼ਰੂਮ ਜਾਣਾ ਚਾਹੀਦਾ ਪਰ ਉਹ ਨਹੀਂ ਜਾਂਦੇ, ਤਾਂ ਉੱਥੇ ਵੀ ਕਈ ਵਾਰੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ। ਪ੍ਰੈਗਨੈਂਸੀ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀਆਂ, ਪਰ ਜੋ ਡਾਕਟਰ ਸਾਹਿਬ ਦੱਸਦੇ ਕਿ ਹਾਈਜੀਨ ਇੱਕ ਬਹੁਤ ਬੈਟਰ ਇੱਕ ਜ਼ਰੀਆ ਹੈਗਾ ਜਿਹਦੇ ਨਾਲ ਇਹ ਬਚਿਆ ਜਾ ਸਕਦਾ। ਫਿਰ ਜਿਹੜੇ ਘਰਾਂ ਦੇ ਵਿੱਚ ਜਿਹੜੇ ਆ ਆਮ ਲਿਕੁਇਡ ਵਾਲੀਆਂ ਚੀਜ਼ਾਂ ਹੈਗੀਆਂ ਤਾਂ ਉਹਦੇ ਨਾਲ ਵੀ ਕਾਫੀ ਬਚਾਅ ਹੋ ਸਕਦਾ, ਐਂਟੀਬਾਇਓਟਿਕਸ ਤੋਂ ਬਚਿਆ ਜਾ ਸਕਦਾ ਹੈਗਾ। ਡਾਕਟਰ ਸਾਹਿਬ ਜਾਂਦੇ ਜਾਂਦੇ ਕੋਈ ਹੋਰ ਸੁਨੇਹਾ ਤੁਸੀਂ ਦੇਣਾ ਚਾਹੁੰਦੇ? ਦੇਖੋ ਕੋਕੋਨਟ ਵਾਟਰ ਬਹੁਤ ਵਧੀਆ ਹੈ, ਕੋਕੋਨਟ ਵਾਟਰ ਜਿਵੇਂ ਹੁਣ ਗਰਮੀਆਂ ਹੈ ਜ਼ਰੂਰ ਪੀਣਾ ਚਾਹੀਦਾ ਹੈ। ਕੋਕੋਨਟ ਵਾਟਰ ਹੈ ਜਿਹੜਾ ਬਹੁਤ ਵਧੀਆ ਐਲਕਲਾਈਜ਼ਰ ਹੈ ਜੀ, ਇਹ ਤੁਹਾਡੇ ਯੂਰਿਨ ਦੇ ਵਿੱਚੋਂ ਟੌਕਸਿਨ ਕੱਢ ਨੂੰ ਫਲੱਸ਼ ਆਊਟ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਹੈ ਜੀ। ਅਗਰ ਕਿਸੇ ਨੂੰ ਵੀ UTI ਦੀ ਪ੍ਰੋਬਲਮ ਹੈਗੀ ਹੈ ਤਾਂ ਉਹ ਕੋਕੋਨਟ ਵਾਟਰ ਆਪਣੀ ਡਾਇਟ ਦੇ ਵਿੱਚ ਐਡ ਕਰਨ, ਅਤੇ ਇੱਕ ਚੀਜ਼ ਹੈਗੀ ਹੈ ਕ੍ਰੈਨਬੈਰੀ ਜੂਸ। ਹਾਂਜੀ, ਕ੍ਰੈਨਬੈਰੀ ਜੂਸ ਵੀ ਬਹੁਤ ਵਧੀਆ ਹਰਪ੍ਰੀਤ ਜੀ ਇਸ ਪ੍ਰੋਬਲਮ ਨੂੰ, ਇਸ ਪ੍ਰੋਬਲਮ ਦੇ ਲਈ UTI ਦੇ ਲਈ। ਤਾਂ ਦੇਖੋ ਆਪਣੇ ਘਰੇ ਕਿੰਨਾ ਕੁਛ ਪਿਆ ਹਰਪ੍ਰੀਤ ਜੀ, ਜਿਹਦੇ ਨਾਲ ਆਪਾਂ ਜਿਹਨਾਂ ਨੂੰ ਯੂਜ਼ ਕਰਕੇ ਅਤੇ ਆਪਾਂ ਇਸ ਪ੍ਰੋਬਲਮ ਤੋਂ ਬਚ ਸਕਦੇ ਹਾਂ। ਔਰ ਇੱਕ ਹੋਰ ਸਿੰਪਲ ਜੀ ਚੀਜ਼ ਹੈਗੀ ਹੈ ਧਨੀਆ। ਅੱਛਾ ਜੀ, ਧਨੀਏ ਦੇ ਬੀਜ, ਕਿਉਂਕਿ ਧਨੀਆ ਠੰਡਾ ਹੁੰਦਾ ਹੈ। ਧਨੀਏ ਦੇ ਬੀਜ ਜਾਂ ਜਿਹੜਾ ਹਰਾ ਧਨੀਆ ਲੱਗਦਾ, ਹਰਾ ਧਨੀਆ ਵੀ ਤੁਸੀਂ ਲੈ ਸਕਦੇ ਹੋ, ਚਟਨੀ ਦੇ ਫਾਰਮ ਦੇ ਵਿੱਚ ਲੈ ਸਕਦੇ ਹੋ, ਬਟ ਉਹਦੇ ਵਿੱਚ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪਾਉਣੇ, ਬਹੁਤ ਜ਼ਿਆਦਾ ਮਿਰਚਾਂ ਪਾ ਕੇ ਨਹੀਂ ਖਾਣੀਆਂ। ਪਰ ਜੇ ਤੁਸੀਂ ਧਨੀਆ ਰਾਤ ਦਾ ਇੱਕ ਚਮਚ ਉਹਨੂੰ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿਉ ਔਰ ਸਵੇਰੇ ਉੱਠ ਕੇ ਉਹਨੂੰ ਛਾਣ ਕੇ ਪਾਣੀ ਪੀ ਲਓ, ਉਹ ਕਿਡਨੀਜ਼ ਦੇ ਲਈ ਬਹੁਤ ਵਧੀਆ ਕੰਮ ਕਰਦਾ। ਉਹ ਫਿਲਟਰੇਸ਼ਨ ਨੇ ਜਿਹੜੀ ਤੁਹਾਡੀ ਕਿਡਨੀ ਦਾ ਜਿਹੜਾ ਫੰਕਸ਼ਨ ਹੈ ਫਿਲਟਰੇਸ਼ਨ, ਉਹਦੇ ਲਈ ਬਹੁਤ ਹੈਲਪ ਕਰਦਾ। ਦੱਸੋ ਦਾਣੇ ਉਵੇਂ ਹੀ ਰੱਖਣੇ ਹੁੰਦੇ ਜਾਂ ਉਹ ਦੋ ਫਾੜ ਕਰਨ ਦੀ ਲੋੜ ਹੁੰਦੀ ਹੈ? ਨਹੀਂ ਨਹੀਂ ਕੁਛ ਨਹੀਂ, ਬਸ ਤੁਸੀਂ ਆਪਣਾ ਇੱਕ ਚਮਚ ਲਓ ਧਨੀਏ ਦੇ ਬੀਜ ਦਾ, ਇੱਕ ਗਲਾਸ ਪਾਣੀ ਲਓ, ਉਹਦੇ 'ਚ ਭਿਗੋ ਦਿਉ ਰਾਤ ਭਰ, ਉਹਨੂੰ ਭਿੱਜੇ ਰਹਿਣ ਦਿਉ, ਠੀਕ ਹੈ ਜੀ, ਅਤੇ ਸਵੇਰੇ ਉੱਠ ਕੇ ਉਹ ਪਾਣੀ ਪੀ ਲਓ। ਪਰ ਉਹਦੇ ਨਾਲ ਕੋਈ ਕਫ ਵਗੈਰਾ ਤਾਂ ਨਹੀਂ ਡਾਕਟਰ ਸਾਹਿਬ ਹੁੰਦੀ? ਕਈ ਵਾਰੀ ਲੋਕ ਕਹਿੰਦੇ ਕਿ ਠੰਡਾ ਹੁੰਦਾ ਧਨੀਆ ਤਾਂ ਉਹਦੇ ਨਾਲ ਕਈ ਵਾਰੀ ਕੋਈ ਨਜ਼ਲਾ ਜ਼ੁਕਾਮ ਕੁਛ? ਨਹੀਂ ਇਹਦੇ ਨਾਲ ਨਹੀਂ, ਇੱਦਾਂ ਨਜ਼ਲਾ ਜ਼ੁਕਾਮ ਨਹੀਂ, ਇੱਕ ਧਨੀਆ ਨਹੀਂ ਕਰਦਾ ਗਾ। ਠੀਕ ਹੈ, ਧਨੀਆ ਤਾਂ ਹਰਪ੍ਰੀਤ ਜੀ ਜਿਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੋਵੇ ਉਹਦੇ ਲਈ ਵੀ ਬਹੁਤ ਵਧੀਆ ਰਾਮਬਾਨ ਦਾ ਕੰਮ ਕਰਦਾ ਇਹ। ਹਾਂ ਬਿਲਕੁਲ, ਲਿਵਰ ਲਾ ਲਓ ਜੀ, ਸਾਰੀਆਂ ਬਹੁਤ ਅੱਛਾ ਹੈ ਧਨੀਆ, ਇਸ ਕਰਕੇ ਧਨੀਆ ਇਹਦਾ ਯੂਜ਼ ਜ਼ਰੂਰ ਕਰਕੇ ਦੇਖਣਾ ਚਾਹੀਦਾ ਹੈ। ਅਗਰ ਜਿਹਨਾਂ ਨੂੰ UTI ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਉਹ ਆਪਣੇ ਆਪ ਹੀ ਦੱਸਣਗੇ, ਆਪਣੇ ਆਪ ਹੀ ਦੇਖਣਗੇ ਕਿ ਉਹਨਾਂ ਨੂੰ ਕਿੰਨਾ ਰਿਲੀਫ ਮਿਲਦਾ ਪਿਆ, ਕਿਉਂਕਿ ਜਦੋਂ ਆਪਾਂ UTI ਹੋ ਜਾਂਦਾ ਹੈ ਤਾਂ ਉਸ ਟਾਈਮ ਜਿਹੜੀ ਯੂਰਿਨ ਦਾ ਨਾ ਉਹਦੀ ਐਸਿਡਿਕ ਜਿਹੜੀ ਹੈ ਜ਼ਿਆਦਾ ਹੋ ਜਾਂਦੀ ਹੈ, ਇਸੇ ਕਰਕੇ ਬਰਨਿੰਗ ਮਿਕਚੂਰੇਸ਼ਨ ਹੁੰਦੀ ਹੈ, ਰੁਕ ਰੁਕ ਕੇ ਬਾਥਰੂਮ ਆਉਂਦਾ ਹੈ, ਜਲਨ ਦੇ ਨਾਲ ਆਉਂਦਾ ਹੈ, ਦਰਦ ਦੇ ਨਾਲ ਆਉਂਦਾ ਹੈ, ਤਾਂ ਉਹਦੇ ਓਪੋਜ਼ਿਟ ਕੀ ਆਪਾਂ ਐਲਕਲਾਈਨ ਦੇਣਾ।
ਠੰਡੀ ਚੀਜ਼ ਦੇਣੀ ਹੈ। ਇਹ ਡਾਕਟਰ ਸਾਹਿਬ ਇਹ ਜਿਹੜਾ ਬੇਕਿੰਗ ਸੋਡਾ ਤੁਸੀਂ ਕਹਿ ਰਹੇ ਸੀ ਕਿ ਪਾਊਡਰ ਕਹਿ ਰਹੇ ਸੀ? ਹਾਂਜੀ, ਬੇਕਿੰਗ ਸੋਡਾ ਜਿਹੜਾ ਪਾਊਡਰ ਹੈ, ਸੋਡੀਅਮ ਬਾਈਕਾਰਬੋਨੇਟ ਹੈ, ਹਾਂਜੀ, ਉਹਦਾ ਅੱਧਾ ਚਮਚ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਲਓ, ਬਹੁਤ ਵਧੀਆ ਕੰਮ ਕਰਦੀ ਆ ਉਹ। ਠੀਕ ਹੈ ਜੀ। ਤੇ ਉਹ ਅਗਰ ਐਸਿਡਿਟੀ ਦੇ ਵਿੱਚ ਵੀ ਕੰਮ ਕਰਦਾ, ਗੱਲ ਉੱਥੇ ਹੀ ਆ ਗਈ ਹਰਪ੍ਰੀਤ ਜੀ, ਐਸਿਡਿਟੀ ਦੇ ਵਿੱਚ ਵੀ ਐਸਿਡਿਕ ਹੈਗਾ, ਆਪਾਂ ਉਹਨੂੰ ਨਿਊਟਰਲਾਈਜ਼ ਕੀਤਾ ਐਲਕਲਾਈਨ ਨਾਲ। ਬਿਲਕੁਲ। ਇਹਦੇ ਵਿੱਚ ਯੂਟੀਆਈ ਦੇ ਵਿੱਚ ਵੀ ਐਸਿਡਿਕ ਯੂਟੀਆਈ ਹੋ ਗਿਆ, ਮਤਲਬ ਯੂਰੀਨ ਹੈ ਜਿਹੜੀ ਉਹ ਐਸਿਡਿਕ ਮਾਤਰਾ ਦੇ ਵਿੱਚ ਹੋ ਗਿਆ, ਆਪਾਂ ਉੱਥੇ ਵੀ ਐਲਕਲਾਈਨ ਦਾ। ਬੇਸਿਕਲੀ ਜਿਹੜਾ ਸੋਡੀਅਮ ਬਾਈਕਾਰਬੋਨੇਟ ਹੈ ਇਹ ਬੇਸ ਆ। ਹਾਂਜੀ, ਉਹ ਹੈਗਾ ਐਸਿਡ। ਜਦੋਂ ਐਸਿਡ ਤੇ ਬੇਸ ਮਿਲਦੇ ਹੈਗੇ ਤਾਂ ਜਿਹੜੀ ਇਕੁਏਸ਼ਨ ਆ ਇਕੁਲਿਬ੍ਰੀਅਮ ਫਾਰਮ ਚਲੀ ਜਾਂਦੀ ਹੈ, ਨਿਊਟਰਲਾਈਜ਼ ਹੋ ਜਾਊਗਾ, ਉਹਦਾ ਇੰਪੈਕਟ ਜਿਹੜਾ ਉਹ ਖਤਮ ਹੋ ਜਾਊਗਾ। ਈਵਨ ਇਹਦੇ ਲਈ ਮੈਨੂੰ ਲੱਗਦਾ ਜਿਹੜਾ ਤੇਜ਼ਾਬੀ ਮਾਦਾ ਹੈਗਾ ਉਹ ਸਾਰਾ ਠੀਕ ਹੋ ਜਾਊਗਾ। ਹਾਂਜੀ, ਬਿਲਕੁਲ। ਤਾਂ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਆਪਣਾ ਆਪਾਂ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ। ਹਰਪ੍ਰੀਤ ਜੀ, ਮੈਂ ਇੱਕ ਗੱਲ ਦੱਸੂੰਗੀ ਕਿ ਜਿਹੜਾ ਆਯੁਰਵੇਦ ਹੈ ਉਸ ਦਾ ਜਿਹੜਾ ਫਸਟ ਮੋਟੋ ਹੈ, ਜਿਹੜਾ ਪ੍ਰਯੋਜਨ ਹੈ ਸਾਡਾ ਆਯੁਰਵੇਦ ਦਾ, ਉਹ ਹੈਗਾ ਪ੍ਰਯੋਜਨ ਚਸਯ ਸਵਸਥਸਯ ਸਵਸਥ ਰਕਸ਼ਨਮ ਅਤੁਰਸਯ ਵਿਕਾਰ ਪ੍ਰਸ਼ਨਮ ਚ। ਹੁਣ ਤੁਸੀਂ ਬੋਲੋਗੇ ਮੈਨੂੰ ਬਿਲਕੁਲ ਪਤਾ ਲੱਗਿਆ ਜੀ ਇਹ ਕੀ ਹੈ। ਇਹ ਮੈਂ ਸ਼ਲੋਕ ਬੋਲਿਆ ਹੈ ਹਰਪ੍ਰੀਤ ਜੀ ਆਯੁਰਵੇਦ ਦੇ ਵਿੱਚ। ਆਯੁਰਵੇਦ ਦਾ ਜਿਹੜਾ ਮੂਲ ਮੰਤਰ ਹੈ ਉਹ ਕਹਿੰਦਾ ਕਿ ਅਸੀਂ ਜਿਹੜਾ ਫਸਟ ਲਾਈਨ ਹੈਗਾ ਉਹ ਹੈ ਪ੍ਰੀਵੈਂਸ਼ਨ ਜੀ, ਯਾਨੀ ਕਿ ਸਵਸਥ ਵਿਅਕਤੀ ਦੀ ਸਵਸਥ ਦੀ ਰੱਖਿਆ ਕਰਨਾ, ਯਾਨੀ ਜਿਹੜਾ ਹੈਲਦੀ ਵਿਅਕਤੀ ਹੈ, ਹੈਲਦੀ ਪਰਸਨ ਹੈ, ਉਹਦੀ ਹੈਲਥ ਨੂੰ ਮੇਨਟੇਨ ਕਰਕੇ ਰੱਖਣਾ, ਇਹ ਆਯੁਰਵੇਦ ਦਾ ਪਹਿਲਾ ਮੋਟੋ ਹੈ। ਸੈਕਿੰਡ ਮੋਟੋ ਹੈ ਕਿ ਅਗਰ ਕੋਈ ਰੋਗੀ ਹੋ ਵੀ ਜਾਂਦਾ, ਅਗਰ ਕੋਈ ਬਿਮਾਰ ਹੋ ਵੀ ਜਾਂਦਾ, ਉਹਨੂੰ ਵਿਕਾਰ ਕੋਈ ਹੋ ਵੀ ਜਾਂਦਾ, ਤਾਂ ਉਹਦੇ ਰੋਗ ਦਾ ਉਪਚਾਰ ਕਰਨਾ, ਉਹਦੇ ਰੋਗ ਨੂੰ ਠੀਕ ਕਰਨਾ। ਤਾਂ ਇਸ ਕਰਕੇ ਇਹ ਆਪਾਂ ਨੂੰ ਪ੍ਰੀਵੈਂਸ਼ਨ ਵੱਲ ਵੀ ਸੋਚਣਾ ਚਾਹੀਦਾ ਹੈ ਕਿ ਅਗਰ ਆਪਾਂ ਆਪਣੀ ਕਿਡਨੀਜ਼ ਨੂੰ ਜਿਹੜੀਆਂ ਕਿੰਨਾ ਕੰਮ ਕਰਦੀਆਂ ਪਈਆਂ ਉਹਨਾਂ ਨੂੰ ਓਵਰਲੋਡ ਨਾ ਕਰੀਏ, ਔਰ ਵਿੱਚ ਉਹਨਾਂ ਨੂੰ ਹੈਲਪ ਵੀ ਕਰਦੇ ਰਹੀਏ, ਉਹਨਾਂ ਨੂੰ ਓਵਰਲੋਡ ਕਰਨ ਦੀ ਬਜਾਏ ਉਹਨਾਂ ਦਾ ਧਿਆਨ ਰੱਖੀਏ, ਕਿਡਨੀ ਦੀ ਕੇਅਰ ਕਰੀਏ, ਇਹੋ ਜਿਹੀਆਂ ਚੀਜ਼ਾਂ ਯੂਜ਼ ਕਰੀਏ ਜਿਹਦੇ ਨਾਲ ਉਹਨੂੰ ਹੈਲਪ ਹੁੰਦੀ ਹੈ, ਜਿਹਦੇ ਨਾਲ ਉਹਨੂੰ ਉਹਦੀ ਹੈਲਥ ਵਧੀਆ ਰਹਿੰਦੀ ਹੈ। ਅਤੇ ਅਗਰ ਆਪਾਂ ਪ੍ਰੀਵੈਂਸ਼ਨ ਵੱਲ ਵੀ ਸੋਚਾਂਗੇ ਤਾਂ ਆਪਾਂ ਨੂੰ ਬਿਮਾਰ ਦੀ ਲੋੜ ਹੀ ਨਹੀਂ ਪਊਗੀ, ਬਿਮਾਰ ਹੋਵਾਂਗੇ ਹੀ ਨਹੀਂ, ਅਤੇ ਆਪਾਂ ਨੂੰ ਵਾਰ ਵਾਰ ਐਂਟੀਬਾਇਓਟਿਕਸ ਬਾਰੇ ਸੋਚਣਾ ਨਹੀਂ ਪਊਗਾ। ਬਿਲਕੁਲ ਜੀ, ਸਾਵਧਾਨੀਆਂ ਬਹੁਤ ਸਾਰੇ ਸਮੱਸਿਆਵਾਂ ਦਾ ਹੱਲ ਹੈਗੀਆਂ। ਜਦੋਂ ਆਪਾਂ ਸਾਵਧਾਨੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਾਂ, ਆਪਣੇ ਸਰੀਰ ਨੂੰ ਜੋ ਚਾਹੀਦਾ ਉਹ ਦੇਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆਪਦੇ ਆਪ ਹੀ ਸਰੀਰ ਤੋਂ ਦੂਰ ਹੋ ਜਾਂਦੀਆਂ। ਤਾਂ ਇਹਨਾਂ ਨੂੰ ਦੂਰ ਕਰਨ ਦੇ ਲਈ ਆਪਣੇ ਆਪਣੇ ਘਰਾਂ ਦੇ ਵਿੱਚ, ਆਪਣੀ ਕਿਚਨ ਦੇ ਵਿੱਚ ਬਹੁਤ ਸਾਰਾ ਸਮਾਨ ਪਿਆ, ਜਿਵੇਂ ਡਾਕਟਰ ਸਾਹਿਬ ਦੱਸਦੇ ਰਹਿੰਦੇ ਆ। ਤੁਸੀਂ ਇਹ ਪ੍ਰੋਗਰਾਮ ਦੁਬਾਰਾ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ, ਸਾਡੇ ਇਸ ਮੰਚ ਦੇ ਉੱਤੇ ਵੀ ਇਹ ਕਈ ਵਾਰੀ ਰਿਪੀਟ ਅਸੀਂ ਕਰਦੇ ਹਾਂ ਇਸ ਤਰ੍ਹਾਂ ਦੇ ਪ੍ਰੋਗਰਾਮ, ਅਤੇ ਨਾਲ ਦੀ ਨਾਲ ਫੇਸਬੁੱਕ ਦੇ ਉੱਪਰ ਇਹ ਲਾਈਵ ਪ੍ਰੋਗਰਾਮ ਹਮੇਸ਼ਾ ਹੀ ਪਿਆ ਰਹਿੰਦਾ। ਤੁਸੀਂ ਵਿਜ਼ਨ ਪੰਜਾਬ ਫੇਸਬੁੱਕ ਦੇ ਉੱਪਰ ਪੇਜ ਨੂੰ ਲਾਈਕ ਕਰ ਲੈਣਾ, ਤਾਂ ਸਾਡੇ ਜਿਹੜੇ ਜਿੰਨੇ ਵੀ ਪ੍ਰੋਗਰਾਮ ਪ੍ਰਸਾਰਿਤ ਹੋ ਚੁੱਕੇ ਆ ਜਾਂ ਲਾਈਵ ਪ੍ਰੋਗਰਾਮ ਤੁਸੀਂ ਇੱਥੇ ਦੇਖ ਸਕਦੇ ਹੋ ਜੀ। ਸਮਾਂ ਬਿਲਕੁਲ ਸਮਾਪਤੀ ਵੱਲ ਹੈ। ਡਾਕਟਰ ਸਾਹਿਬ ਦਾ ਨੰਬਰ ਮੈਂ ਇੱਕ ਵਾਰੀ ਦੁਬਾਰਾ ਜ਼ਰੂਰ ਦੇਣਾ ਚਾਹੁੰਦਾ, 647-547-3429। ਅਤੇ ਇੱਕ ਅਨਾਊਂਸਮੈਂਟ, ਇੱਕ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ ਕਿ ਮੇਰੇ ਕੋਲ ਇੱਕ ਬਾਇਰ ਹੈ ਜੀ, ਜਿਨ੍ਹਾਂ ਨੂੰ 5 ਬੈਡਰੂਮ ਦਾ ਘਰ ਚਾਹੀਦਾ, ਜਿਹੜਾ ਉਹ ਚਾਹੁੰਦੇ ਆ ਕਿ ਲੋਟ ਥੋੜ੍ਹਾ ਵਾਈਡ ਵੀ ਹੋਵੇ ਅਤੇ ਡੀਪ ਵੀ ਹੋਵੇ, 9-foot ceiling ਹੋਵੇ, ਉੱਪਰ 3 washroom ਹੋਣ, ਬਿਲਕੁਲ ਇੱਕ ਤਰ੍ਹਾਂ ਨਾਲ ਕੈਸ਼ ਬਾਇਰ ਹੈਗੇ ਉਹ, ਤਾਂ ਬਹੁਤ ਜ਼ਰੂਰੀ। ਬ੍ਰੈਂਪਟਨ 'ਚ ਕਿਤੇ ਵੀ ਹੋਵੇ ਜਾਂ ਤੁਹਾਡੇ ਕੋਲ ਕੋਈ ਨਵਾਂ ਘਰ ਬਿਲਡ ਹੋ ਰਿਹਾ ਹੈਗਾ, ਪ੍ਰੀ ਕੰਸਟਰਕਸ਼ਨ ਦੇ ਵਿੱਚ ਹੈਗਾ, ਅਸਾਈਨਮੈਂਟ 'ਤੇ ਵੇਚਣਾ ਚਾਹੁੰਦੇ ਹੋ, 5 bedroom ਉੱਪਰ 3 washroom ਹੋਣ, 9-foot ceiling, ਲੋਟ ਵਾਈਡ ਅਤੇ ਡੀਪ ਹੋਵੇ, ਤਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਲੈਣਾ 647-720-5453 'ਤੇ, ਤਾਂ ਫਿਰ ਆਪਾਂ ਉਹ ਘਰ ਦਿਨਾਂ ਦੇ ਵਿੱਚ ਹੀ ਵੇਚ ਦੇਵਾਂਗੇ। 5 bedroom 3 washroom ਉੱਪਰ, ਲੋਟ ਵਾਈਡ ਹੋਵੇ ਅਤੇ ਡੀਪ ਹੋਵੇ, ਕਿਸੇ ਵੀ ਫੋਰਮ 'ਚ ਹੋਵੇ, 5 to 10 years ਪੁਰਾਣਾ ਹੋਵੇ, ਬ੍ਰੈਂਡ ਨਿਊ ਹੋਵੇ, ਅਸਾਈਨਮੈਂਟ 'ਤੇ ਹੋਵੇ, ਤਾਂ ਆਪਾਂ ਉਹਦੇ 'ਤੇ ਗੱਲਬਾਤ ਕਰ ਸਕਦੇ ਹਾਂ ਜੀ। ਸਮਾਂ ਜਾਇਜ਼ ਨਹੀਂ ਦੇ ਰਿਹਾ, ਅਗਲੇ ਕਿਸੇ ਪ੍ਰੋਗਰਾਮ ਦੇ ਨਾਲ ਫਿਰ ਤੁਹਾਡੇ ਕਚਹਿਰੀ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਡਾ ਅਤੇ ਤੁਹਾਡਾ ਰੱਬ ਰਾਖਾ, ਦਿਓ ਇਜਾਜ਼ਤ, ਦਿਓ ਛੁੱਟੀਆਂ, ਸਤਿ ਸ਼੍ਰੀ ਅਕਾਲ।